ਆਵੋ ਸੇਰ ਗੁਰੂ ਰਾਮਦਾਸ ਗੁਨ ਗਾਵੋ ਸੇਰ ਅਰ ਜਾਨ ਬੇਗਨਾ ਨਕੇ ਨਾ ਨਾ ਕੇ ਨਾਸਕ ਸ੍ਰੀ ਹਰਿ ਗੁਬਿੰਦ ਸੁਭ ਸੁਮਤ ਪਰਕਾਰਾਸ਼ਕ ਸ੍ਰੀ ਹਰਿ ਰਾ ਸ਼ਾਨਾ ਮਨਾਇ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤ ਗੁਰ ਪਰਮ ਕਿਰਪਾਲਾ ਸਰੇ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਤਾਰਾ ਪਰ ਪੁਨ ਪੁਨਸੀ ਸਾਜੀ ਪੁਨ ਪੁਨਸੀ ਬੰਦੋ ਬਾਰ ਬਾਰ ਜਾਗਦੀ ਈਸ਼ਵਾ ਸੁਨ ਪਰਸਨ ਕਲਗੀ ਤਰ ਹੋਏ ਬਲੀ ਤਰੰਗ ਤਵੇਲੇ ਜੀਨ ਪਵਾਏ ਅਨਾਇਓ ਤੂਰਨ ਕਹਿਓ ਉਦੇਸ ਸੰਗ ਲੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ ਦਾ ਨਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ ਇਤਿਹਾਸ ਦੇ ਵਿੱਚ ਸਾਖੀ ਆਪਾਂ ਇਹ ਸਰਵਨ ਕਰ ਰਹੇ ਹਾਂ ਕਿ ਜੋ ਕੇਸਰੀ ਚੰਦ ਰਾਜਾ ਹੈ ਇੱਕ ਬੜਾ ਵੱਡਾ ਹਾਥੀ ਮਸਤ ਕਰਕੇ ਨਸ਼ੇ ਦੇ ਵਿੱਚ ਲੋਟ-ਪੋਟ ਕਰਕੇ ਲੋਗੜ ਦਾ ਕਿਲਾ ਟੋਣ ਵਾਸਤੇ ਵੱਡੀ ਫੌਜ ਦੇ ਨਾਲ ਅੱਗੇ ਵਧਿਆ ਹੈ ਤਾਂ ਨਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਭਾਈ ਬਚਿੱਤਰ ਸਿੰਘ ਨੂੰ ਇਹ ਸੇਵਾ ਲਈ ਹੈ ਕਿ ਤੁਸੀਂ ਇਸ ਹਾਥੀ ਦੇ ਮੱਥੇ ਦੇ ਵਿੱਚ ਬਰਸ਼ਾ ਮਾਰ ਕੇ ਮਾਰਨਾ ਹੈ। ਸਤਿਗੁਰੂ ਜੀ ਦਮਦਮਾ ਸਾਹਿਬ ਵਾਲੇ ਥਾਂ ਤੇ ਬੈਠ ਕੇ ਉੱਚੀ ਜਗ੍ਹਾ ਤੇ ਇਹ ਸਾਰਾ ਜੰਗ ਦਾ ਕੌਤਕ ਮਹਾਰਾਜ ਵੇਖਦੇ ਪਏ। ਭਾਈ ਆਲਮ ਸਿੰਘ ਮਹਾਰਾਜ ਦੇ ਕੋਲ ਬੈਠੇ ਉਹਨਾਂ ਨੇ ਦੂਰੋਂ ਉਂਗਲ ਦੇ ਇਸ਼ਾਰੇ ਨਾਲ ਦੱਸਿਆ ਕਿ ਮਹਾਰਾਜ ਉਹ ਜਿਹੜਾ ਰਾਜਾ ਸਭ ਤੋਂ ਅੱਗੇ ਤੁਰਿਆ ਆਉਂਦਾ ਨਾ ਇਹ ਕੇਸਰੀ ਚੰਦ ਰਾਜਾ ਹੈ ਤੇ ਹਾਥੀ ਵੀ ਇਹੋ ਹੀ ਲੈ ਕੇ ਆਇਆ ਤੇ ਬੜਾ ਹੰਕਾਰ ਦਾ ਭਰਿਆ ਹੈ। ਸਤਿਗੁਰੂ ਇਸ ਰਾਜੇ ਦਾ ਵੀ ਅੰਤ ਕਰਨਾ ਚਾਹੀਦਾ ਹੈ। ਜਦੋਂ ਮਹਾਰਾਜ ਸਾਹਿਬ ਜੀਆ ਨੇ ਬਚਨ ਸੁਨੇ ਤੇ ਪਾਦਸ਼ਾਹ ਨੇ ਆਖਿਆ ਖਾਲਸਾ ਜੀ ਕੋ ਐਸਾ ਸਿੰਘ ਹੈ ਜਿਹੜਾ ਇਸ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਤੇ ਸਾਡੇ ਕੋਲ ਲੈ ਕੇ ਆਇਆ। ਜਦੋਂ ਇਹ ਬਚਨ ਮਹਾਰਾਜ ਸਾਹਿਬ ਜੀ ਨੇ ਆਖਿਆ ਭਾਈ ਉਦਾਸ ਸਿੰਘ ਨਾਮ ਦਾ ਸੂਰਮਾ ਮਹਾਰਾਜ ਸਾਹਿਬ ਜੀ ਆਂਦੇ ਕੋਲ ਬੈਠਾ ਹੋਇਆ ਮਲਤਾਨ ਦੇ ਨੇੜੇ ਕੋਈ ਨਗਰ ਹੈ ਉੱਥੋਂ ਦਾ ਇਹ ਰਹਿਣ ਵਾਲਾ ਇਹ ਸਿੱਖ ਮਹਾਰਾਜ ਜੀਆਂ ਦਾ ਭਾਈ ਮਨੀ ਰਾਮ ਦਾ ਪੁੱਤਰ ਇਸ ਨੂੰ ਲਿਖਿਆ ਇਤਿਹਾਸ ਦੇ ਵਿੱਚ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦਾ ਹੁਕਮ ਹੋਵੇ ਆਪ ਜੀ ਥਾਪੜਾ ਦੇਵੋ ਇਸ ਸੇਵਾ ਮੈਂ ਕਰਨ ਵਾਸਤੇ ਤਿਆਰ ਹਾਂ ਇਤਿਹਾਸ ਪ੍ਰਸੰਗ ਆਪਾਂ ਪਿਛੇ ਸਰਵਨ ਕਰਿਆ ਹੈ ਮਹਾਰਾਜ ਦੇ ਅੱਗੇ ਕਿਵੇਂ ਬੇਨਤੀ ਕਰਦਾ ਹੈ ਸਤਿਗੁਰੂ ਜੀ ਕਿਵੇਂ ਬਖਸ਼ਿਸ਼ ਕਰਨਗੇ ਉਹ ਅੱਜ ਬਚਨ ਸਰਵਨ ਕਰਾਂਗੇ ਆਓ ਮੰਨਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਪਰਹਾਰ ਅਪਰ ਪਰਮੈ ਨਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੇ ਆਪ ਜੀ ਕਿਰਪਾ ਕਰੋ ਤੇ ਮੈਂ ਇਹ ਜੰਗ ਕਰਨ ਵਾਸਤੇ ਤਿਆਰ ਇਹ ਜੋ ਜੰਗ ਹੈ ਨਾ ਆਪ ਜੀ ਕਹਿੰਦੇ ਹੋ ਵੀ ਕੇਸਰੀ ਚੰਦ ਦੇ ਨਾਲ ਲੜਨਾ ਮੈਂ ਤਿਆਰ ਹਾਂ ਜੰਗਖੇਤ ਮੈਂ ਹਤਨ ਕਹਾਂ ਇਹ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੰਗ ਦੇ ਮੈਦਾਨ ਦੇ ਵਿੱਚ ਕੇਸਰੀ ਚੰਦ ਮਾਰਨਾ ਮੇਰੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ ਚੜ੍ਹਦੀ ਕਲਾ ਦਾ ਬਚਨ ਹੈ ਗੁਰੂ ਕੇ ਸਿੱਖ ਦਾ ਪਾਤਸ਼ਾਹ ਆਪ ਜੀ ਨੇ ਸੇਵਾ ਲਈ ਹੈ ਵੀ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਲੈ ਕੇ ਆਵਾਂ ਤੇ ਕੇਸਰੀ ਚੰਦ ਰਾਜਾ ਤੇ ਸਾਹਮਣੇ ਮੈਦਾਨ ਦੇ ਵਿੱਚ ਖਲੋਤਾ ਹੋਇਆ ਜੰਗ ਮੈਦਾਨ ਦੇ ਵਿੱਚ ਮਾਰ ਕੇ ਲੈ ਕੇ ਆਉਣਾ ਮਹਾਰਾਜ ਮੇਰੇ ਵਾਸਤੇ ਕੋਈ ਬਹੁਤੀ ਵੱਡੀ ਔਖੀ ਗੱਲ ਨਹੀਂ ਹੈ ਜੀ ਅਵਲੋਕ ਪਲਾਵੇ ਸਤਿਗੁਰੂ ਪਾਤਸ਼ਾਹ ਜੀ ਜੇ ਕਿਤੇ ਇਹ ਕੇਸਰੀ ਚੰਦ ਰਾਜਾ ਮੈਨੂੰ ਵੇਖ ਕੇ ਭੱਜ ਵੀ ਜਾਵੇ ਨਾ ਦੌੜ ਵੀ ਜਾਵੇ ਜੰਗ ਮੈਦਾਨ ਵਿੱਚ ਜਾਨ ਬਚਾਉਣ ਵਾਸਤੇ ਮਹਾਰਾਜੇ ਭੱਜ ਵੀ ਗਿਆ ਤੇ ਤਾਂ ਵੀ ਮੈਂ ਉਸ ਨੂੰ ਛੜਨਾ ਨਹੀਂ ਹੈ। ਦੁਰਗ ਸੈਲ ਮੈਂ ਜਾਏ ਪਰਵੇਸ਼। ਔਰ ਦੂਸਰਾ ਬਚਨ ਪਾਤਸ਼ਾ ਜੇ ਕਿਤੇ ਇਹ ਮੰਨ ਲਓ ਵੀ ਆਪਣੀ ਰਿਆਸਤ ਵਿੱਚ ਚਲਾ ਜਾਵੇ। ਜਸਵਾਲੀਆ ਇਸ ਨੂੰ ਕਿਹਾ ਜਾਂਦਾ ਨਾ ਜਸਵਾਲੀਆ ਰਿਆਸਤ ਦਾ ਹੈ ਮਾਲਕ ਹੈ ਕੇਸਰੀ ਚੰਦ ਰਾਜਾ। ਮੰਨ ਲਓ ਕਿ ਆਪਣੀ ਜਸਵਾਲੀਆ ਰਿਆਸਤ ਵਿੱਚ ਚਲੇ ਜਾਂਦਾ ਹੈ। ਆਪਣੇ ਕਿਲੇ ਵਿੱਚ ਚਲਾ ਜਾਵੇ, ਮਹਿਲ ਵਿੱਚ ਚਲਾ ਜਾਵੇ, ਬਾਹਰ ਸਿਪਾਈ ਲਾ ਦੇਵੇ, ਪਹਿਰੇਦਾਰ ਲਾ ਦੇਵੇ। ਸਤਿਗੁਰੂ ਮੈਂ ਇਹਦੇ ਕਿਲੇ ਦੇ ਵਿੱਚ ਜਾ ਕੇ ਇਹਦੇ ਮਹਿਲ ਦੇ ਵਿੱਚ ਜਾ ਕੇ ਵੀ ਇਸ ਨੂੰ ਮਾਰ ਕੇ ਲਿਆਉਣ ਵਾਸਤੇ ਗੁਰੇਜ਼ ਨਹੀਂ ਕਰਾਂਗਾ ਤਹਾਨ ਪ੍ਰਾਨ ਬਚਾਵੇ ਜਿੰਨਾ ਮਰਦੀ ਇਹ ਯਤਨ ਕਰ ਲਵੇ ਕੇਸਰੀ ਚੰਦ ਰਾਜਾ ਹਾਥੀ ਤੇ ਲੈ ਕੇ ਆ ਗਿਆ ਗੁਰੂ ਦਾ ਦਰਵਾਜ਼ਾ ਤੋੜਨ ਵਾਸਤੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਪਰ ਹੁਣ ਇਹ ਆਪਣੀ ਜਾਨ ਬਚਾਉਣ ਵਾਸਤੇ ਕਿਲੇ ਦੇ ਦਰਵਾਜ਼ੇ ਬੰਦ ਕਰਕੇ ਲੁਕ ਵੀ ਜਾਵੇ ਤਾਂ ਵੀ ਇਹਦੀ ਹੁਣ ਜਾਨ ਮੇਰੇ ਕੋਲੋਂ ਬਾਤ ਨਹੀਂ ਸਕਦੀ ਹਾਂ ਕਰੋ ਪ੍ਰਹਾਰ ਅਪਰ ਪਰਮਨ ਸਤਿਗੁਰੂ ਪਾਤਸ਼ਾਹ ਮੈਂ ਜੰਗ ਮੈਦਾਨ ਦੇ ਵਿੱਚ ਹੋਰ ਕਿਸੇ ਤੇ ਹਮਲਾ ਨਹੀਂ ਕਰਾਂਗਾ ਮੈਂ ਕਿਸੇ ਤੇ ਤਲਵਾਰ ਨਹੀਂ ਚੁਕਾਂਗਾ ਮੇਰਾ ਇੱਕੋ ਹੀ ਨਿਸ਼ਾਨਾ ਹੈ ਬਸ ਕੇਸਰੀ ਚੰਦ ਮੈਨੂੰ ਦਿਸਦਾ ਉਹਦੇ ਬਿਨਾਂ ਕੋਈ ਦਿਸਦਾ ਨਹੀਂ ਹੈ ਗੁਰੂ ਦਰੋਣਾਚਾਰੀਆ ਪੁੱਛਦਾ ਨਾ ਪਾਂਡਵਾ ਨੂੰ ਤੁਹਾਨੂੰ ਕੀ ਦਿਸਦਾ ਕੋਈ ਆਖਦਾ ਰੁੱਖ ਦਿਸਦਾ ਕੋਈ ਆਖਦਾ ਟਾਣੀ ਦਿਸਦੀ ਹੈ ਸਾਰਿਆਂ ਨੇ ਆਪੋ ਆਪਣਾ ਦੱਸਿਆ ਵੀ ਸਾਨੂੰ ਕੀ ਨਜ਼ਰ ਆਉਂਦਾ ਹੈ। ਅਰਜਨ ਨੂੰ ਪੁੱਛਿਆ ਅਰਜਨ ਤੂੰ ਕੀ ਵੇਖਿਆ ਕਹਿਣ ਲੱਗਾ ਜੀ ਉਹ ਜਿਹੜੀ ਚਿੜੀ ਦੀ ਅੱਖ ਹੈ ਨਾ ਮੈਨੂੰ ਉਹੀ ਦਿਸਦੀ ਹੈ। ਉਹਦੇ ਬਿਨਾ ਮੈਨੂੰ ਕੁਝ ਨਹੀਂ ਦਿਸਦਾ ਤੇ ਨਿਸ਼ਾਨਾ ਮਾਰ ਕੇ ਉਸ ਵੇਲੇ ਨਿਸ਼ਾਨੇ ਨੂੰ ਵਿੰਨਿਆ ਉਹੀ ਬਚਨ ਕੀਤਾ ਭਾਈ ਉਦਾ ਸਿੰਘ ਨੇ ਮਹਾਰਾਜ ਮੈਨੂੰ ਕੇਸਰੀ ਚੰਨ ਤੋਂ ਬਿਨਾਂ ਤੇ ਜੰਗ ਮੈਦਾਨ ਦੇ ਵਿੱਚ ਕੋਈ ਦੂਜਾ ਦਿਸਦਾ ਨਹੀਂ ਹੈ ਪਹੁੰਚੋ ਤਿਸਕੇ ਪਾਸ ਮੈਂ ਸਤਿਗੁਰੂ ਬਚਨ ਕਰਦਾ ਤੁਹਾਡੇ ਨਾਲ ਕਿ ਮੈਂ ਕੇਸਰੀ ਚੰਨ ਦੇ ਕੋਲ ਜੰਗ ਮੈਦਾਨ ਵਿੱਚ ਪਹੁੰਚ ਜਾਣਾ ਹੈ ਗੁਰਪ੍ਰਤਾਪ ਤੇ ਕਰਾ ਚਾਲ ਸੋ ਸਤਿਗੁਰੂ ਪਾਸ਼ਾ ਜੀ ਤੁਹਾਡੇ ਪ੍ਰਤਾਪ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੀ ਤੇਗ ਦੇ ਨਾਲ ਮਹਾਰਾਜ ਦਾ ਸਿਰ ਵੱਢ ਦੇਣਾ ਹੈ ਇਹ ਮੈਨੂੰ ਨਿਸ਼ਚਾ ਹੈ ਇਹ ਮੈਨੂੰ ਭਰੋਸਾ ਹੈ ਜੇ ਤੁਸੀਂ ਕਿਰਪਾ ਕਰੋ ਮੈਂ ਆਪਣੀ ਤੇਗ ਦੇ ਨਾਲ ਇਹਦਾ ਸਿਰ ਵੱਢ ਕੇ ਉਸ ਵੇਲੇ ਜਿਵੇਂ ਸੀਸ ਬਨਾਸੋ ਤੇ ਸਤਿਗੁਰੂ ਸਿਰ ਵੱਖਰਾ ਕਰ ਦਿਆਂਗਾ ਧੜ ਵੱਖਰਾ ਕਰ ਦਿਆਂਗਾ ਇਹ ਮੈਨੂੰ ਤੁਹਾਡੇ ਉੱਪਰ ਪਾਤਸ਼ਾਹ ਮਾਨ ਹੈ ਤੁਹਾਡੇ ਬਚਨਾਂ ਤੇ ਮੈਨੂੰ ਭਰੋਸਾ ਹੈ ਭਾਈ ਉਦਾਸ ਸਿੰਘ ਨੇ ਬਚਨ ਕੀਤਾ ਸਤਿਗੁਰੂ ਮੈਸ ਕੇਸਰੀ ਚੰਦ ਨੂੰ ਨਾਸ ਕਰ ਦੇਣਾ ਹੈ ਜਹ ਕਹ ਰਹਿ ਲੜਹਿ ਮੂਰਖ ਸਤਿਗੁਰੂ ਪਾਤਸ਼ਾਹ ਜੀ ਇਹ ਮੂਰਖ ਬੰਦੇ ਕਿੱਥੋਂ ਤੱਕ ਲੜਨਗੇ ਔਰ ਕਿੱਥੋਂ ਤੱਕ ਸਾਡੇ ਨਾਲ ਅੜਨਗੇ ਇਹ ਅੜ ਨਹੀਂ ਸਕਦੇ ਹਨ ਲੜ ਨਹੀਂ ਸਕਦੇ ਹਨ ਕਿ ਬਾਇਰ ਨਾਲ ਲੱਗੀ ਇਹਨਾਂ ਨੂੰ ਅਜੇ ਤੇ ਜੰਗ ਮੈਦਾਨ ਦੀ ਹਵਾ ਲੱਗੀ ਨਹੀਂ ਹੈ ਅਦੇ ਤੇ ਜੰਗ ਦੇ ਨਿਕੇ ਨਿਕੇ ਅਸੀਂ ਕੌਤਕ ਕੀ ਕਰਦੇ ਪਏ ਆ ਅਸਲੀਅਤ ਤੌਰ ਤੇ ਅਜੇ ਜੰਗ ਇਹਨਾਂ ਦੇ ਨਾਲ ਖੇਡਿਆ ਨਹੀਂ ਹੈ ਅੱਜ ਲੇ ਫਲ ਸਗਰੇ ਦਿਨ ਕੋ ਪਰ ਮਹਾਰਾਜ ਜਿਹੜੇ ਜਿਹੜੇ ਇਹਨਾਂ ਨੇ ਪਿੱਛੇ ਜੰਗ ਕੀਤੇ ਉਹਨਾਂ ਜੰਗਾਂ ਦਾ ਫਲ ਅੱਜ ਇਹਨਾਂ ਨੂੰ ਮਿਲੇਗਾ ਅੱਜ ਮੈਂ ਭੁਗਤਾਵਾਂਗਾ ਇਹਨਾਂ ਨੂੰ ਇਹਨਾਂ ਦੀ ਕੀਤੀ ਦਾ ਫਲ ਜਦੋਂ ਮੈਂ ਜੰਗ ਵਿੱਚ ਪਹੁੰਚਣਾ ਹੈ ਬੇਮੁਖ ਕੂੜ ਕੋ ਭਾਗੀ ਇਹ ਰਾਜੇ ਬੇਮੁਖ ਨੇ ਇਹ ਕੂੜ ਕਹੀਏ ਝੂਠੇ ਤੇ ਕੋਟਿਆਂ ਭਾਗਾ ਵਾਲੇ ਮਾੜਿਆਂ ਭਾਗਾ ਵਾਲੇ ਗੁਰਮਖੋ ਜਿਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਉਸ ਗੁਰੂ ਦੇ ਦਰਸ਼ਨਾ ਤੋਂ ਬਿਨਾ ਹੋ ਕੇ ਉਸ ਦੇ ਵੈਰੀ ਬਣ ਕੇ ਪਹਾੜੀ ਰਾਜੇ ਬੈਠ ਗਿਆ ਤੇ ਫਿਰ ਮਾੜੇ ਭਾਗੀ ਹੋਏ ਨਾ ਮਾੜਿਆਂ ਭਾਗਾ ਵਾਲੇ ਡੱਡੂ ਵਰਗਾ ਸੁਭਾਅ ਬਣ ਗਿਆ ਹੈ ਕਮਲ ਦਾ ਫੁੱਲ ਗੁਰਮਖੋ ਪਾਣੀ ਵਿੱਚ ਖੜਿਆ ਹੈ ਡੱਡੂ ਪਾਣੀ ਵਿੱਚ ਬੈਠਾ ਹੈ ਪਰ ਡੱਡੂ ਨੂੰ ਕਮਲ ਦੇ ਫੁੱਲ ਦੀ ਸੁਗੰਧੀ ਨਾਲ ਕੋਈ ਮਤਲਬ ਨਹੀਂ ਹੈ ਡੱਡੂ ਦਾ ਧਿਆਨ ਚਕੜਖਾਨ ਵਿੱਚ ਹੈ ਜਾਲਾਖਾਨ ਵਿੱਚ ਹੈ ਇਹ ਰਾਜਿਆਂ ਦਾ ਸੁਭਾਅ ਵੀ ਡੱਡੂ ਵਰਗਾ ਹੀ ਹੈ ਇਹ ਮਹਾਰਾਜ ਤੁਹਾਡੇ ਨਾਲ ਵੈਰ ਹੀ ਕਰ ਸਕਦੇ ਤੁਹਾਡੀ ਬੁਰੀਾਈ ਕਰ ਸਕਦੇ ਪਰ ਤੁਹਾਡੇ ਕੋਲੋਂ ਭਗਤੀ ਦੀ ਖੁਸ਼ਬੂ ਨਹੀਂ ਲੈ ਸਕਦੇ ਮਹਾਰਾਜ ਇਹ ਐਸੇ ਮਾੜਿਆਂ ਭਾਗਾ ਵਾਲੇ ਪਹਾੜੀਏ ਹਨ ਸੁਨ ਪਰਸਨ ਕਲਗੀ ਧਰ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੁਣਿਆ ਨਾ ਬਚਨ ਭਾਈ ਉਦਾਸ ਸਿੰਘ ਦਾ ਕਿ ਮਹਾਰਾਜ ਮੈਂ ਤੇ ਇਹਦੇ ਕਿਲੇ ਵਿੱਚੋਂ ਇਹਦਾ ਸਿਰ ਵੱਢ ਲਿਆਵਾਂ ਐਸੀ ਚੜ੍ਹਦੀ ਕਲਾ ਦਾ ਬਚਨ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੋਏ ਹਨ। ਬੜੀ ਤੁਰੰਗ ਤਵੇਲੇ ਉਸੇ ਵੇਲੇ ਮਹਾਰਾਜ ਨੇ ਇੱਕ ਸਿੱਖ ਨੂੰ ਆਖਿਆ ਕਹਿਣ ਲੱਗੇ ਜਾਓ ਸਾਡੇ ਤਵੇਲੇ ਵਿੱਚੋਂ ਇੱਕ ਤਾਕਤਵਰ ਘੋੜਾ ਲੈ ਕੇ ਆਓ। ਜਿਹੜਾ ਚੰਗਾ ਪਲਿਆ ਹੈ, ਬੜੀ ਫੁਰਤੀ ਵਾਲਾ ਹੈ, ਬੜਾ ਭੱਜਣ ਵਾਲਾ ਹੈ, ਬੜਾ ਚੰਗੀ ਨਸਲ ਦਾ ਹੈ ਔਰ ਬੜੇ ਜ਼ੋਰ ਵਾਲਾ ਹੈ। ਉਸੇ ਵੇਲੇ ਇੱਕ ਸੇਵਕ ਨੂੰ ਭੇਜ ਕੇ ਮਹਾਰਾਜ ਨੇ ਆਪਣੇ ਤਵੇਲੇ ਵਿੱਚੋਂ ਇੱਕ ਘੋੜਾ ਮੰਗਵਾਇਆ ਜੀਨ ਪਵਾਏ ਅਨਾਇਓ ਤੂਰਨ ਨਾਲ ਹੀ ਸਿੱਖ ਨੂੰ ਹੁਕਮ ਕੀਤਾ ਕਹਿਣ ਲੱਗੇ ਉਸ ਘੋੜੇ ਦੇ ਉੱਪਰ ਸੋਹਣੀ ਕਾਠੀ ਪਾ ਕੇ ਉਸ ਨੂੰ ਤਿਆਰ ਕਰਕੇ ਲਿਆਉਣਾ ਕਰੋ ਕਹੋ ਉਦੇਸ ਸਿੰਘ ਲੈ ਲੈ ਜਦੋਂ ਸਿੱਖ ਲੈ ਕੇ ਆਇਆ ਨਾ ਘੋੜਾ ਮਹਾਰਾਜ ਦੇ ਕੋਲ ਮਹਾਰਾਜ ਨੇ ਆਪਣੇ ਹੱਥ ਦਾ ਇਸ਼ਾਰਾ ਕਰਕੇ ਆਖਿਆ ਕਹਿਣ ਲੱਗੇ ਉਦੇਸ ਸਿੰਘ ਜੀ ਆ ਘੋੜਾ ਤੁਹਾਡੇ ਵਾਸਤੇ ਆਇਆ ਹੈ ਇਹ ਤੁਹਾਨੂੰ ਬਖਸ਼ਿਸ਼ ਕੀਤਾ ਲਓ ਇਸ ਘੋੜੇ ਦੀ ਕਰੋ ਸਵਾਰੀ ਇਸ ਘੋੜੇ ਦੇ ਉੱਪਰ ਸਵਾਰ ਹੋ ਜਾਣਾ ਕਰੋ ਦੀਰਘ ਖੜਗ ਕੋਸ਼ਤੇ ਦੀਨ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਹਿਣ ਲੱਗੇ ਸਾਡੇ ਖਜ਼ਾਨੇ ਵਿੱਚੋਂ ਵੱਡਾ ਵੱਡੀ ਤੇਗ ਜਿਹੜੀ ਹੈ ਵੱਡੀ ਕਿਰਪਾਨ ਭਾਰੀ ਭਰਕਮ ਜੀ ਦਾ ਇੱਕ ਵਾਰ ਕੀਤਿਆਂ ਵਾਰ ਰੁਕੇ ਨਾ ਗਰਦਨ ਨੂੰ ਕੱਟਦਿਆਂ ਹੋਇਆ ਹੱਡੀਆਂ ਨੂੰ ਕੱਟਦੀ ਹੋਈ ਤਲਵਾਰ ਪਾਰ ਹੋ ਜਾਵੇ ਇਸ ਤਰ੍ਹਾਂ ਦੀ ਸੋਹਣੀ ਤਲਵਾਰ ਮਹਾਰਾਜ ਨੇ ਆਪਣੇ ਖਜ਼ਾਨੇ ਵਿੱਚੋਂ ਮੰਗਵਾਈ। ਉਹ ਫੁਲਾਦ ਕਰਾਰਾ ਅਤੇ ਉਸ ਵੇਲੇ ਇਹ ਜਿਹੜੀ ਤਲਵਾਰ ਹੈ ਇਹਦਾ ਫੁਲਾਦ ਜਿਹੜਾ ਨਾ ਲੋਹਾ ਲੋਹਾ ਫੁਲਾਦ ਦਾ ਤੇ ਬੜਾ ਹੀ ਚੰਗਾ ਹੈ। ਲੋਹੇ ਦੇ ਉੱਪਰ ਵੀ ਵਜੇਗੀ ਤੇ ਲੋਹੇ ਨੂੰ ਵੀ ਵੱਢ ਕੇ ਰੱਖ ਦੇਵੇਗੀ। ਐਸੇ ਲੋਹੇ ਦੀ ਬਣੀ ਹੋਈ ਇਹ ਤਲਵਾਰ ਮਹਾਰਾਜ ਨੇ ਆਪਣੇ ਖਜ਼ਾਨੇ ਵਿੱਚੋਂ ਮੰਗਵਾਈ ਹੈ। ਬਲ ਤੇ ਹਤੇ ਲੋਹ ਕੋ ਕਟੈ। ਸਤਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਦਾਸ ਸਿੰਘ ਜਿਹੜੀ ਤਲਵਾਰ ਅਸੀਂ ਤੈਨੂੰ ਬਖਸ਼ੀ ਹੈ ਨਾ ਕੇਸਰੀ ਚੰਦ ਰਾਜੇ ਦੀ ਗਰਦਨ ਤੇ ਕੀ ਜੇ ਤੂੰ ਇਸ ਤਲਵਾਰ ਦਾ ਵਾਰ ਲੋਹੇ ਤੇ ਵੀ ਕਰੇਗਾ ਨਾ ਤੇ ਲੋਹੇ ਨੂੰ ਵੀ ਇਹ ਕੱਟ ਕੇ ਰੱਖ ਦੇਵੇਗੀ ਐਸੀ ਇਹ ਸੁੰਦਰ ਬਣੀ ਹੋਈ ਕਿਸੇ ਲੋਹਾਰ ਦੀ ਚੰਡੀ ਹੋਈ ਇਹ ਤਲਵਾਰ ਹੈ ਲੋਹੇ ਦੇ ਉੱਪਰ ਵੀ ਵਾਰ ਕਰੇਗਾ ਤੇ ਲੋਹੇ ਨੂੰ ਵੀ ਇਹ ਜਿੰਦਾ ਨਹੀਂ ਛੱਡੇਗੀ ਉਹਦਾ ਟੋਟਾ ਕਰ ਦੇਵੇ ਐਸੀ ਤਲਵਾਰ ਮਹਾਰਾਜ ਨੇ ਮੰਗਾਈ ਹੈ ਮਨੁੱਖ ਕਹਾ ਵਿਚਾਰਾ ਤੇ ਜਿਹੜੀ ਤਲਵਾਰ ਗੁਰਮਖੋ ਲੋਹਾ ਵੜ ਸਕਦੀ ਹੈ ਉਹਦੇ ਅੱਗੇ ਬੰਦਾ ਕੀ ਚੀਜ਼ ਹੈ ਤੇ ਬੰਦੇ ਦੀ ਗਰਦਨ ਕੀ ਹੈ ਮਾਸ ਨੂੰ ਵੜਨਾ ਤੇ ਕਿਤੇ ਸੌਖਾ ਹੈ ਜਿਹੜੀ ਤਲਵਾਰ ਲੋਹੇ ਨੂੰ ਲਾ ਸਕਦੀ ਹੈ ਉਹਦੇ ਅੱਗੇ ਮਨੁੱਖ ਵਿਚਾਰਾ ਕੀ ਹੈ ਵਰਸ਼ਾ ਦੁਤੀ ਰਹਿਓ ਸੋ ਬਖਸ਼ਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਦੋ ਵਰਸ਼ੇ ਮੰਗਾਏ ਸਨ ਆਪਾਂ ਦੋ ਤਿੰਨ ਦਿਨ ਪਹਿਲਾਂ ਇਤਿਹਾਸ ਵਿੱਚ ਇਹ ਬਚਨ ਸਰਬੰਦ ਕੀਤਾ ਸੀ 17 17000 ਰੁਪਇਆ ਲਾ ਕੇ ਮਹਾਰਾਜ ਨੇ ਬੜੇ ਸੋਹਣੇ ਵਰਸ਼ੇ ਬਣਵਾਏ ਸਨ ਇੱਕ ਵਰਸ਼ੇ ਦਾ ਨਾਮ ਸੀ 나ਗਨੀ ਵਰਸ਼ਾ ਜਿਹੜਾ ਮੁੜ ਕੇ ਫਿਰ ਸਿੱਧਾ ਹੋ ਜਾਂਦਾ ਹੈ ਤੇ 나ਗ ਦੇ ਵਾਂਗ ਉਹਦੇ ਵਿੱਚ ਵਲ ਪਏ ਉਸ ਨੂੰ 나ਗਨੀ ਕਿਹਾ ਜਾਂਦਾ ਉਹ ਭਾਈ ਬਜਤਰ ਸਿੰਘ ਨੂੰ ਮਹਾਰਾਜ ਨੇ ਬਖਸ਼ਿਆ ਇਹ ਹਾਥੀ ਦੇ ਮੱਥੇ ਵਿੱਚ ਮਾਰਨਾ ਹੈ ਦੂਜਾ ਵਰਸ਼ਾ ਮਹਾਰਾਜ ਦੇ ਕੋਲ ਪਿਆ ਹੋਇਆ ਗੁਰਮੁਖੋ ਇਹ ਚੌੜਾ ਹੈ ਤਲਵਾਰ ਦੇ ਵਾਂਗ ਇਹਦੇ ਦੋਨੇ ਪਾਸੇ ਧਾਰ ਖੰਡੇ ਦੇ ਵਾਂਗ ਦੋਨੇ ਪਾਸੇ ਧਾਰਾ ਵਾਲਾ ਅਗਲੇ ਬੰਨੇ ਖੰਡੇ ਦੇ ਵਾਂਗ ਵੱਡਾ ਵਰਸ਼ਾ ਲੱਗਾ ਪਿਛਲੇ ਬੰਨੇ ਡੰਡੇ ਦੇ ਨਾਲ ਛੋਟੇ ਦੇ ਨਾਲ ਜੜਿਆ ਹੋਇਆ ਸਤਿਗੁਰੂ ਪਾਤਸ਼ਾਹ ਨੇ ਉਹ ਵਰਸ਼ਾ ਮੰਗਾਇਆ ਉਸ ਵਰਸ਼ੇ ਦਾ ਨਾਮ ਹੈ ਗੁਰਮੁਖੋ ਕਲਪਾ ਵਰਸ਼ਾ ਇਹ ਦੋਨੇ ਵਰਸ਼ੇ ਅਜ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਓਗੇ ਤਖਤ ਸਾਹਿਬ ਦੇ ਉੱਪਰ ਇਹ ਸੁਭਾਏ ਮਹਾਨ ਨੇ ਦੋਨੇ ਹੀ ਸ਼ਸਤਰ ਮਹਾਰਾਜ ਦੇ ਇਕ ਉਹ ਵਰਸ਼ਾ ਜਿਹਦੇ ਨਾਲ ਹਾਥੀ ਮਾਰਿਆ ਇਕ ਉਹ ਵਰਸ਼ਾ ਜਿਹਦੇ ਨਾਲ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਉਹਦਾ ਨਾਮ ਹੈ ਕਲਪਾ ਵਰਸ਼ਾ ਚੌੜਾ ਹੈ ਤਿਖੰਡੇ ਦੇ ਵਾਂਗ ਦੋਨਾਂ ਬੰਨਿਓ ਤਿਖਾ ਹੈ ਮਹਾਰਾਜ ਦੇ ਕੋਲ ਹੱਥ ਵਿੱਚ ਪਿਆ ਹੋਇਆ ਉਹ ਸ਼ਸਤਰ ਪਾਤਸ਼ਾਹੀ ਨੇ ਦੂਜਾ ਵਰਸ਼ਾ ਭਾਈ ਉਦਾਸ ਸਿੰਘ ਨੂੰ ਬਖਸ਼ਿਆ ਕਹਿਣ ਲੱਗੇ ਲਾਓ ਭਾਈ ਉਦਾਸ ਸਿੰਘ ਜੀ ਇਹ ਮਹਿੰਗਾ ਸ਼ਸਤਰ ਅਸੀਂ ਤੁਹਾਨੂੰ ਬਖਸ਼ਿਸ਼ ਕਰਦੇ ਹਾਂ ਇਹਦਾ ਨਾਮ ਕਲਪਾ ਵਰਸ਼ਾ ਹੈ ਉਹ ਮਹਾਰਾਜ ਨੇ ਭਾਈ ਉਦਾਸ ਸਿੰਘ ਨੂੰ ਦਿੱਤਾ ਹੈ। ਕਿਰਪਾ ਦ੍ਰਿਸ਼ਤ ਸੋਹਿਰਾ ਤੇ ਗੁਰਮਖੋ ਜਿੱਥੇ ਸ਼ਸਤਰ ਦਿੱਥੇ ਨਾ ਮਹਾਰਾਜ ਨੇ ਉੱਥੇ ਕਿਰਪਾ ਕਰਨ ਵਾਸਤੇ ਜਦੋਂ ਮਿਹਰ ਦੀ ਨਜ਼ਰ ਦੇ ਨਾਲ ਮਹਾਰਾਜ ਨੇ ਤੱਕਿਆ ਨਾ ਤੇ ਗੁਰਮਖੋ ਮਹਾਰਾਜ ਦੀ ਦ੍ਰਿਸ਼ਟੀ ਜਿਹੜੀ ਹੈ ਨਾ ਉਹਦੇ ਵਿੱਚ ਅੰਮ੍ਰਿਤ ਹੈ। ਜਿਹਦੇ ਵੱਲ ਤੱਕ ਲੈਣ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ। ਕਮਜ਼ੋਰਾਂ ਨੂੰ ਬਲ ਪ੍ਰਾਪਤ ਹੋ ਜਾਂਦਾ। ਐਸੀ ਦ੍ਰਿਸ਼ਟੀ ਨਾਲ ਤੱਕੇ ਮਹਾਰਾਜ ਨੇ ਬਲ ਭਰਿਆ। ਭਾਈ ਉਦੇ ਸਿੰਘ ਨੂੰ ਸਮਰੱਥ ਬਣਾ ਦਿੱਤਾ ਮਹਾਰਾਜ ਨੇ ਜੰਗ ਵਿੱਚ ਲੜਨ ਵਾਸਤੇ ਕੇਸਰੀ ਚੰਦ ਦਾ ਸਿਰ ਵੱਢਣ ਵਾਸਤੇ ਕਿਰਪਾ ਕਟਾਕਿ ਅਵਲੋਕਨ ਕੀਨੋ ਮਹਾਰਾਜ ਜਦੋਂ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਦੇ ਨਾ ਗੁਰਮੁਖੋ ਜੋ ਚਾਹਣ ਉਹ ਬਖਸ਼ਿਸ਼ ਕਰ ਦਿੰਦੇ ਸਤਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਮਿਹਰ ਕਰਦੇ ਹਨ ਬਲ ਉਤਸਾਹ ਵਿਸਾਲ ਵਧੇਉ ਤੁਨ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਮਿਹਰ ਕਰਨ ਦੀ ਡੇਰ ਹੈ ਗੁਰਮੁਖੋ ਇੰਨਾ ਬਲ ਵਧਿਆ ਇੰਨੀ ਤਾਕਤ ਵਧੀ ਹੈ ਇੰਨਾ ਜੋਰ ਵਧਿਆ ਹੈ ਗੁਰੂ ਪ੍ਰਤਾਪ ਘਨੇਰਾ ਕਿਉਂਕਿ ਸਤਗੁਰਾਂ ਦਾ ਪ੍ਰਤਾਪ ਬਹੁਤਾ ਡਾਢਾ ਹੈ ਨਾ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਤੁਲਸਾ ਦਾਸੀ ਨੂੰ ਕਹਿਣ ਲੱਗੇ ਸਾਡਾ ਪੁੱਤਰ ਵਿਹੜੇ ਵਿੱਚ ਸੁਤਾ ਪਿਆ ਚਾਦਰ ਲੈ ਕੇ ਜਾ ਆਵਾਜ਼ ਮਾਰ ਪ੍ਰਸ਼ਾਦਾ ਛਕ ਲੈ ਤੁਲਸਾਦਾਸੀ ਹੁਕਮ ਮੰਨ ਕੇ ਜਿਸ ਵੇਲੇ ਸਤਿਗੁਰਾਂ ਦੇ ਪਲਾਂਗੇ ਦੇ ਕੋਲ ਗਈ ਨਾ ਜਿੱਥੇ ਮਹਾਰਾਜ ਗਰੀਬ ਨਿਵਾਜ਼ ਵਿਧੀਆਂ ਦੀ ਕੁੱਲ ਨੂੰ ਭਾਗ ਲਾਉਣ ਵਾਲੇ ਸਤਿਗੁਰੂ ਬਰਾਜੇ ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਦੇ ਚਰਨਾਂ ਦਾ ਅੰਗੂਠਾ ਜਿਹੜਾ ਚਾਦਰ ਤੋਂ ਬਾਹਰ ਹੈ ਜਦੋਂ ਮਹਾਰਾਜ ਪੌੜੇ ਹੋਏ ਸਨ ਆਰਾਮ ਕਰਦੇ ਤੇ ਤੁਲਸਾਦਾਸੀ ਕੋਲ ਚਲੇ ਗਈ ਮਹਾਰਾਜ ਨੂੰ ਆਰਾਮ ਕਰਦਿਆਂ ਵੇਖ ਕੇ ਮਨ ਵਿੱਚ ਬੜੀ ਭਾਵਨਾ ਪੈਦਾ ਹੋਈ ਬੜਾ ਪ੍ਰੇਮ ਪੈਦਾ ਹੋਇਆ ਸਤਿਗੁਰਾਂ ਦੀ ਸੰਗਤ ਵਿੱਚ ਪਹੁੰਚ ਕੇ ਮਨ ਵਿੱਚ ਸੋਚਿਆ ਇਹਨਾਂ ਨੂੰ ਉਠਾਵਾਂ ਨਾ ਮਹਾਰਾਜ ਦੇ ਚਰਨਾਂ ਦਾ ਅੰਗੂਠਾ ਆਪਣੇ ਮੂੰਹ ਵਿੱਚ ਪਾ ਲਿਆ ਗੁਰਮੁਖੋ ਜਦੋਂ ਚਰਨਾਂ ਦਾ ਅੰਗੂਠਾ ਮੂੰਹ ਵਿੱਚ ਪਾਇਆ ਨਾ ਤਰਲੋਕੀ ਦਾ ਗਿਆਨ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਏ ਉਸ ਵਸਾ ਵਿੱਚ ਪਹੁੰਚ ਗਈ ਜਿੱਥੇ ਇਹ ਪਤਾ ਲੱਗਿਆ ਵੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਟੋਢੇ ਤੇ ਪਲੰਘੇ ਦੇ ਉੱਪਰ ਨੇ ਪਰ ਇਸ ਵੇਲੇ ਕਿਸੇ ਡਾਡੇ ਸਮੁੰਦਰ ਦੇ ਵਿੱਚ ਕਿਸੇ ਸੇਵਕ ਦਾ ਜਹਾਜ਼ ਬੰਨੇ ਲਾਉਂਦੇ ਪਏ ਤਾਕਤ ਆ ਗਈ ਨਾ ਮਹਾਰਾਜ ਦੇ ਗੂਠੇ ਨੂੰ ਛੁਪਰਸ਼ ਕਰਨ ਦੇ ਨਾਲ ਮੁੜੇ ਆਏ ਵਾਪਸ ਆ ਕੇ ਦੱਸਿਆ ਮਾਤਾ ਤ੍ਰਿਪਤਾ ਜੀ ਨੂੰ ਕਹਿਣ ਲੱਗੇ ਜਦੋਂ ਮਾਤਾ ਤ੍ਰਿਪਤਾ ਜੀ ਨੇ ਪੁੱਛਿਆ ਵੀ ਉਠਾ ਕੇ ਆਈਆਂ ਕਿ ਖਾਲੀ ਮੋੜੇ ਆਈ ਕਹਿਣ ਲੱਗੇ ਉਠਾਈਏ ਕਿਨੂੰ ਉਹ ਤੇ ਇੱਥੇ ਹੈ ਹੀ ਨਹੀਂ ਮਾਤਾ ਜੀ ਨੇ ਪੁੱਛਿਆ ਕਿਥੇ ਨੇ ਕਹਿਣ ਲੱਗੇ ਜੀ ਉਹ ਤੇ ਸਮੁੰਦਰ ਵਿੱਚ ਕਿਸੇ ਦਾ ਜਹਾਜ਼ ਬੰਨੇ ਲਾਉਂਦੇ ਜਦੋਂ ਇਹ ਬਚਨ ਸੁਣਿਆ ਤੇ ਮਾਤਾ ਜੀ ਨੂੰ ਲੱਗਿਆ ਵੀ ਸ਼ਾਇਦ ਇਹ ਮਖੌਲ ਕਰਦੀ ਹੈ ਜਿਸ ਤਰ੍ਹਾਂ ਦੂਜੇ ਲੋਕ ਆਖਦੇ ਨੇ ਨਾ ਨਗਰ ਦੇ ਵੀ ਇਹਨਾਂ ਦਾ ਪੁੱਤਰ ਤੇ ਵਿਹਲਾ ਹੀ ਰਹਿੰਦਾ ਕੰਮਕਾਰ ਨਹੀਂ ਕੋਈ ਕਰਦਾ ਅੱਜ ਵੀ ਇਸੇ ਤਰ੍ਹਾਂ ਹੀ ਕੋਈ ਬਹੁਤਾ ਵਿਹਲਾ ਰਵੇ ਲੋਕ ਉਹਨੂੰ ਮੁਖੌਲ ਕਰਦੇ ਆ ਉਹ ਕਾਮਿਆਂ ਤੇਰਾ ਕੀ ਹਾਲ ਮਾਤਾ ਜੀ ਨੂੰ ਇਸ ਤਰ੍ਹਾਂ ਲੱਗਾ ਵੀ ਸਾਡੇ ਪੁੱਤਰ ਨੂੰ ਮੁਖੌਲ ਕੀਤਾ ਆਪ ਚਲੇ ਗਏ ਜਾ ਕੇ ਹਲੂਣਾ ਦੇ ਕੇ ਉਠਾਇਆ ਸਤਿਗੁਰੂ ਜਦੋਂ ਉੱਠ ਕੇ ਬੈਠੇ ਤੇ ਮਾਤਾ ਜੀ ਨੇ ਮੁੱਖੋਂ ਕਹਿ ਦਿੱਤਾ ਕਹਿਣ ਲੱਗੇ ਪੁੱਤਰ ਤੁਸੀਂ ਕੰਮਕਾਰ ਕੋਈ ਨਹੀਂ ਕਰਦੇ ਘਰ ਵਿੱਚ ਹੀ ਬੈਠੇ ਰਹਿੰਦੇ ਅੱਗੇ ਤੇ ਲੋਕ ਗੱਲਾਂ ਕਰਦੇ ਸਨ ਹੁਣ ਦਾਸ-ਦਾਸੀਆਂ ਗੱਲਾਂ ਕਰਦੇ ਤੇ ਸਤਗੁਰਾਂ ਨੇ ਪੁੱਛਿਆ ਮਾਤਾ ਜੀ ਕੀ ਗੱਲ ਹੋਈ ਆ ਕਹਿਣ ਲੱਗੇ ਤੁਲਸਾ ਨੂੰ ਭੇਜਿਆ ਤੁਹਾਨੂੰ ਉਠਾਉਣ ਵਾਸਤੇ ਆਖਦੀ ਤੁਸੀਂ ਤੇ ਜਹਾਜ਼ ਬੰਨੇ ਲਾਉਂਦੇ ਪੈ ਹੁਣ ਸਤਗੁਰੂ ਤੇ ਜਾਣੀ ਜਾਣ ਸਨ ਵੀ ਵਾਕਿਆ ਹੀ ਅਸੀਂ ਤੇ ਇਹੋ ਹੀ ਕਰਤੱਬ ਕਰਦੇ ਪੈ ਮਹਾਰਾਜ ਜਾਣ ਗਿਆ ਵੀ ਇਹਨੂੰ ਅੰਤਰਜਾਮਤਾ ਹੋ ਗਈ ਇਹਨੂੰ ਗਿਆਨ ਹੋ ਗਿਆ ਹੈ ਸਤਗੁਰਾਂ ਦੇ ਮੁਖੋਂ ਸੁਭਾਵਕ ਹੀ ਬਚਨ ਨਿਕਲ ਗਿਆ ਕਹਿਣ ਲੱਗੇ ਮਾਤਾ ਜੀ ਇਹ ਤੇ ਝੱਲੀ ਹੈ ਇਹ ਤੇ ਕਮਲੀ ਹੈ ਇਹਦੀਆਂ ਗੱਲਾਂ ਦਾ ਕੀ ਸੁੰਨਾ ਕੀ ਵਿਚਾਰਨਾ ਕਿਆਸ ਕਰ ਕਹਿੰਦੇ ਨੇ ਮਹਾਰਾਜ ਦੇ ਮੁਖੋਂ ਬਚਨ ਨਿਕਲਿਆ ਉਹ ਝੱਲੀ ਹੋ ਗਈ ਪਰ ਦੁਨਿਆਵੀ ਤੌਰ ਤੇ ਦੁਨੀਆਂ ਨੂੰ ਲੱਗਦਾ ਵੀ ਇਹ ਝੱਲੀ ਹੈ ਪਰ ਅੰਦਰ ਉਸੇ ਤਰ੍ਹਾਂ ਹੀ ਬ੍ਰਹਮ ਗਿਆਨ ਦੀ ਅਵਸਥਾ ਉਸੇ ਤਰ੍ਹਾਂ ਹੀ ਬਖਸ਼ਿਸ਼ਾਂ ਜਿਹੜੀਆਂ ਇੱਕ ਵਾਰੀ ਹੋ ਜਾਂਦੀਆਂ ਨਾ ਜਿਹੜੀ ਸਾਤਗੁਰੂ ਦਾਤ ਤਰੁੱਠ ਕੇ ਦੇ ਦਿੰਦੇ ਉਹ ਫਿਰ ਦਾਤ ਸੇਵਕ ਦੇ ਕੋਲ ਹੀ ਰਹਿੰਦੀ ਹੈ ਮਹਾਰਾਜ ਉਸ ਦਾਤ ਨੂੰ ਵਾਪਸ ਨਹੀਂ ਲੈਂਦੇ ਐਸੀਆਂ ਬਖਸ਼ਿਸ਼ਾਂ ਕਰ ਦਿੰਦੇ ਦੁਨਿਆਵੀ ਤੌਰ ਤੇ ਲੋਕਾਂ ਨੂੰ ਲੱਗਦਾ ਵੀ ਇਹ ਕਮਲੀ ਹੋ ਗਈ ਹੈ ਪਰ ਅੰਤਰੀ ਵੀ ਗਿਆਨ ਹੈ ਉਹੀ ਅਵਸਥਾ ਬ੍ਰਹਮ ਗਿਆਨ ਦੀ ਬਰਕਰਾਰ ਰਹੀ ਜਦੋਂ ਸਮਾ ਆਇਆ ਸਰੀਰ ਛੱਡ ਕੇ ਸੱਚਖੰਡ ਨੂੰ ਪ੍ਰਾਪਤ ਹੋਇਆ ਗੁਰਮੁਖੋ ਬਚਨ ਇਹ ਹੈ ਇਥੇ ਤੇ ਤੁਲਸਾ ਦਾਸੀ ਵਰਗੀਆਂ ਜਿਨ੍ਹਾਂ ਨੇ ਸਤਗੁਰਾਂ ਦੇ ਅੰਗੂਠੇ ਦੇ ਨਾਲ ਛਪਰਸ਼ ਵੀ ਕਰ ਲਿਆ ਉਹਨਾਂ ਵਿੱਚ ਇੰਨਾ ਬਲ ਆ ਗਿਆ ਵੀ ਉਹ ਤਿੰਨਾਂ ਲੋਕਾਂ ਦੀ ਉਹਨਾਂ ਨੂੰ ਸੋਝੀ ਹੋ ਗਈ ਗਿਆਨ ਆ ਗਿਆ ਉਸੇ ਗੁਰੂ ਨਾਨਕ ਦੇ ਮਹਾਰਾਜ ਦੇ ਦਸਵੇਂ ਰੂਪ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਹਨੂੰ ਉਹ ਥਾਪੜਾ ਦੇ ਕੇ ਤੋੜਨਗੇ ਉਹਦੇ ਵਿੱਚ ਬਲ ਕਿਉਂ ਨਹੀਂ ਆਵੇਗਾ ਉਹਦੇ ਵਿੱਚ ਤਾਕਤ ਕਿਉਂ ਨਹੀਂ ਆਵੇ ਜਰੂਰ ਬਰ ਜਰੂਰ ਉਹ ਤਾਕਤ ਦਾ ਮਾਲਕ ਬਣ ਜਾਵੇਗਾ ਬਲ ਹੋਵਾ ਬੰਧਨ ਚੁੱਟੇ ਸਭ ਕੁਝ ਹੋ ਤੇ ਉਪਾਏ ਨਾਨਕ ਸਭ ਕੁਝ ਤੁਮਰਾ ਹਾਥ ਮੈਂ ਤੁਮ ਹੀ ਹੋਤ ਸੋ ਹਾਏ ਬਚਨ ਲਿਖਿਆ ਨਾ ਨਾਵੇਂ ਗੁਰੂ ਨੇ ਪੁੱਤਰ ਦੀ ਪਰਖ ਕਰਦਿਆ ਹੋਇਆ ਅਸੀਂ ਪਿੰਜਰੇ ਦੇ ਵਿੱਚ ਕੈਦ ਹੋ ਗਏ ਆ ਇਸ ਵੇਲੇ ਸਾਡਾ ਕੋਈ ਯੋਰ ਨਹੀਂ ਹੈ ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਕੌਣ ਹੈ ਜਿਹੜਾ ਤੁਹਾਨੂੰ ਬੰਦਨ ਪਾਵੇ ਤੁਹਾਡਾ ਤੇ ਨਾਮ ਜਪ ਕੇ ਬੰਦਨਾ ਚ ਪਏ ਹੋਏ ਜੀਵ ਮੁਕਤ ਹੋ ਜਾਂਦੇ ਤੁਸੀਂ ਤੇ ਬੰਦਨ ਕੱਟਣ ਵਾਲੇ ਹੋ ਟੁੱਟੀਆਂ ਗੰਢਣ ਵਾਲਿਓ ਟੁੱਟੀ ਗੰਢਨ ਹਾਰ ਗੋਪਾਲ ਗੋਪਾਲ ਹੋ ਆਪ ਜੀ ਮਹਾਰਾਜ ਬੰਦਨਾ ਨੂੰ ਕਟਣ ਵਾਲੇ ਤੁਹਾਨੂੰ ਬੰਦਨ ਕੋਈ ਪਾ ਨਹੀਂ ਸਕਦਾ ਇਹ ਤੇ ਇੱਕ ਨਿਕਾਜਾ ਕੌਤਕ ਆਪ ਜੀ ਰਚਿਆ ਜਾਨ ਬੁੱਝ ਕੇ ਆਪ ਜੀ ਇੱਥੇ ਕੈਦ ਕੱਟਦੇ ਪੈ ਆਪ ਜੀ ਨੇ ਸਾਕਾ ਵਰਤੌਣਾ ਮਹਾਰਾਜ ਤਰਲੋਕੀ ਵਿੱਚ ਐਸਾ ਕੋਈ ਸ਼ਕਤੀਸ਼ਾਲੀ ਨਹੀਂ ਹੈ ਜੋ ਆਪ ਜੀ ਨੂੰ ਬੰਦਨਾ ਵਿੱਚ ਰੱਖ ਸਕੇ ਗੁਰਮੁਖੋ ਬਚਨ ਇਹ ਹੈ ਇਸ ਸਤਗੁਰੂ ਜੀ ਤੇ ਰਹਿਮਤ ਕਰਨ ਉਹਦੇ ਵੀ ਤਾਕਤ ਕਿਉਂ ਨਹੀਂ ਆਵੇਗੀ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਦਿਆਂ ਹੋਇਆਂ ਜਦੋਂ ਥਾਪੜਾ ਬਖਸ਼ਿਸ਼ ਕੀਤਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਭਾਈ ਉਦਾਸ ਸਿੰਘ ਦੇ ਵਿੱਚ ਇੰਨਾ ਬਲ ਆ ਗਿਆ ਕਿ ਉਹ ਬਲ ਸੰਭਾਲਿਆ ਨਹੀਂ ਜਾ ਰਿਹਾ ਇੰਨੀ ਤਾਕਤ ਆ ਗਈ ਹੈ ਵੀ ਇਕੱਲਾ ਹੀ ਸਾਰੀ ਫੌਜ ਨਾਲ ਲੜ ਜਾਵੇ ਭਾਈ ਮਤੀ ਦਾਸ ਵੀ ਤੇ ਕਹਿੰਦੇ ਪੈਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆ ਗਿਆ ਹੋਵੇ ਔਰੰਗਜੇਬ ਦੀ ਸਮੇਤ ਫੌਜ ਦੇ ਮੱਜਮਨਾ ਵਿੱਚ ਸੁੱਟ ਕੇ ਦੇ ਗਰਕ ਕਰ ਦੇਵਾ। ਉਹਨੂੰ ਵੀ ਤੇ ਤਾਕਤ ਬਖਸ਼ੀ ਹੈ ਨਾ ਮਹਾਰਾਜ ਦਾ ਸੀਤਲ ਪ੍ਰਸ਼ਾਦ ਇਤਿਹਾਸਕਾਰ ਇਹ ਗੱਲ ਕਹਿੰਦੇ ਵੀ ਜਦੋਂ ਮਹਾਰਾਜ ਨੇ ਗੰਨੇ ਚੂਪੇ ਨਾ ਦਿੱਲੀ ਦੀ ਧਰਤੀ ਤੇ ਉਹ ਗੰਨਿਆਂ ਦੇ ਛਿਲਕੇ ਕੁਝ ਉਸ ਪਾਸੇ ਸਟੇ ਜਿਸ ਪਾਸੇ ਭਾਈ ਮਤੀਦਾਸ ਨੂੰ ਹਵੇਲੀ ਵਿੱਚ ਬੰਦ ਕੀਤਾ ਸਤਗੁਰਾਂ ਨੂੰ ਵੱਖਰਾ ਬੰਦ ਕੀਤਾ ਸਿੱਖਾਂ ਨੂੰ ਵੱਖਰਾ ਬੰਦ ਕੀਤਾ। ਜਾਣ ਬੁੱਝ ਕੇ ਛਿਲਕੇ ਸੁੱਟ ਲਿਓ ਛਿਲਕੇ ਮੂੰਹ ਵਿੱਚ ਪਾ ਕੇ ਜਿਸ ਵੇਲੇ ਚਿੱਥੇ ਐਸੀ ਤਾਕਤ ਆ ਗਈ ਐਸਾ ਬਚਨ ਕਹਿ ਦਿੱਤਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਤੀਦਾਸ ਇਹ ਤਾਕਤਾਂ ਕਿੱਥੋਂ ਆ ਗਈਆਂ ਕਹਿਣ ਲੱਗਾ ਜੀ ਤੁਹਾਡਾ ਪ੍ਰਸ਼ਾਦ ਛਕਿਆ ਤਾਂ ਆਈਆਂ ਤੇ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਦਾ ਪ੍ਰਸ਼ਾਦ ਛੱਕੇ ਤੇਰੇ ਵਿੱਚ ਤਾਕਤਾਂ ਆ ਗਈਆਂ ਉਹ ਫਿਰ ਆਪ ਕਿੰਨੀ ਤਾਕਤ ਦੇ ਮਾਲਕ ਹੋਣਗੇ ਮਹਾਰਾਜ ਆਪ ਤੇ ਸਮੁੰਦਰ ਸਾਗਰ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਇਹ ਗੱਲ ਮੰਨਦਾ ਵੀ ਅਸੀਂ ਸਾਗਰ ਤੇ ਸਮੁੰਦਰ ਹਾਂ ਫਿਰ ਅਸੀਂ ਚੁੱਪ ਕਰਕੇ ਬੈਠਾ ਬੈਠੇ ਭਾਣਾ ਮੰਨਦੇ ਪੈ ਤੂੰ ਕਿਉਂ ਨਹੀਂ ਮੰਨਦਾ ਭਾਣਾ ਮੰਨ ਕਰਤਾਰ ਦੀ ਰਜਾ ਵਿੱਚ ਰਾਜੀ ਰਹਿਣਾ ਇਹ ਗੁਰਮੁਖੋ ਇਤਿਹਾਸਕੀਆਂ ਗਵਾਹੀਆਂ ਤਾਂ ਆਪਾਂ ਲਈਆਂ ਨੇ ਸਾਖੀਆਂ ਛੋਟੇ ਛੋਟੇ ਪਹਿਲੂ ਤਾਂ ਲੈਏ ਨੇ ਕੋਈ ਇਹ ਨਾ ਸਮਝੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਫਰਕ ਹੈ ਕੋਈ ਇਹ ਨਾ ਸਮਝੇ ਕਿ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਫਰਕ ਹੈ ਜਿਵੇਂ ਉਹ ਦੁਨੀ ਚੰਦ ਕਹਿੰਦਾ ਸੀ ਵੀ ਇਹਨਾਂ ਦਾ ਬਾਪ ਤੇ ਬੜਾ ਸ਼ਾਂਤ ਸੁਭਾਅ ਦੇ ਮਾਲਕ ਸਨ ਇਹ ਗੁਰੂ ਕਾਹਦਾ ਬਣਿਆ ਤੇ ਰੋਜ਼ ਜੰਗ ਕਰਦੇ ਸ਼ੰਕਾਵਾਦੀ ਜਿਹੜੇ ਅਨਸ਼ਰਧਕ ਨੇ ਉਹਨਾਂ ਦੇ ਮਨ ਵਿੱਚ ਐਸੇ ਵਿਚਾਰ ਪੈਦਾ ਹੁੰਦੇ ਸਤਗੁਰੂ ਸਮਰੱਥ ਨੇ ਜੋ ਚਾਹਣ ਉਹ ਕਰ ਸਕਦੇ ਐਸਾ ਬਲ ਭਾਈ ਉદય ਸਿੰਘ ਨੂੰ ਬਖਸ਼ਿਸ਼ ਕੀਤਾ ਮਹਾਰਾਜ ਨੇ ਜਾਣਦਾ ਹੈ ਕਿ ਮੈਂ ਕੱਲਾ ਹੀ ਸਾਰੀ ਫੌਜ ਨੂੰ ਜਿੱਤ ਸਕਦਾ ਹਾਂ ਐਸੀਆਂ ਤਾਕਤਾਂ ਮਹਾਰਾਜ ਨੇ ਬਖਸ਼ੀਆਂ ਹਨ ਕਟਸੋਂ ਬੰਦ ਖੜਗ ਵਡ ਢਾਲ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹੁਕਮ ਦੇ ਨਾਲ ਫਿਰ ਤੇਗ ਪਾਲੀ ਗਲ ਦੇ ਵਿੱਚ ਤੇ ਗੁਰਮੁਖੋ ਗਲ ਵਿੱਚ ਤੇਗ ਪਹਿਣ ਕੇ ਨਾ ਗਾਤਰੇ ਦੇ ਵਿੱਚ ਤੇ ਕਮਰ ਕੱਸੇ ਨੂੰ ਉਸ ਵੇਲੇ ਕੱਸਿਆ ਹੈ ਤੂਮਰ ਖਾਤ ਮਜ਼ਾਰਾ ਅਤੇ ਇਸੇ ਤਰ੍ਹਾਂ ਵੱਡੀ ਢਾਲ ਆਪਣੇ ਮੋਢੇ ਤੇ ਪਾਲੀ ਢਾਲ ਦਾ ਕੰਮ ਹੈ ਬਚਾਅ ਕਰਨਾ ਆਪਣੇ ਬਚਾਅ ਵਾਸਤੇ ਢਾਲ ਮੋਢੇ ਤੇ ਟੰਗੀ ਹੈ ਤੇ ਜਿਹੜਾ ਮਹਾਰਾਜ ਨੇ ਵਰਸ਼ਾ ਬਖਸ਼ਿਆ ਸੀ ਜਿਸ ਨੂੰ ਕਹਿ ਦਿੰਦੇ ਕਲਪਾ ਵਰਸ਼ਾ ਚੌੜਾ ਜਿਹਦੇ ਨਾਲ ਸਿਰ ਟਾਂਕੇ ਲੈ ਕੇ ਆਉਣਾ ਉਹ ਵਰਸ਼ਾ ਭਾਈ ਉਦਾਸ ਸਿੰਘ ਨੇ ਆਪਣੇ ਹੱਥ ਵਿੱਚ ਫੜਿਆ ਹੈ ਨਵਾਂ ਪ੍ਰਦਰਸ਼ਨ ਕਰਤ ਭਇਓ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਮੱਥਾ ਟੇਕਿਆ ਮੱਥਾ ਟੇਕ ਕੇ ਸਤਿਗੁਰਾਂ ਦੀ ਪ੍ਰਕਰਮਾਂ ਕੀਤੀ ਬੜੀ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਪ੍ਰਕਰਮਾਂ ਕਰਕੇ ਫਿਰ ਨਮਸ਼ਕਾਰ ਕੀਤੀ ਆਖਿਆ ਸਤਿਗੁਰੂ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖੋ ਸਿਰ ਉੱਪਰ ਠਾਡਾ ਗੁਰੂ ਸੂਰਾ ਨਾਨਕਤਾ ਕੇ ਸਤਿਗੁਰੂ ਜਿਹਦੇ ਸਿਰ ਤੇ ਆਪ ਦੀ ਹੱਥ ਰੱਖਦੇ ਉਹ ਫਤਿਹ ਕਿਵੇਂ ਨਾ ਪ੍ਰਾਪਤ ਹੋਵੇ ਇਸ ਤਰ੍ਹਾਂ ਮਹਾਰਾਜ ਦੇ ਕੋਲੋਂ ਆਸ਼ੀਰਵਾਦ ਲੈ ਲਿਆ ਹੈ ਮਤਕਦੀਨ ਉਦਾਰਾ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਕਹਿਣ ਲੱਗੇ ਵੀ ਬਹੁਤ ਜ਼ਿਆਦੀ ਕਿਰਪਾ ਕਰਦਿਆਂ ਹੋਇਆ ਭਾਈ ਉਦੇ ਸਿੰਘ ਦੇ ਉੱਪਰ ਉਸ ਵੇਲੇ ਬਖਸ਼ਿਸ਼ਾ ਮਹਾਰਾਜ ਨੇ ਕਰ ਦਿੱਤੀਆਂ ਹਨ ਵੰਕਮੁਸ਼ੈਰ ਕਰਤਬਗਮ ਨੇ ਉਸ ਵੇਲੇ ਆਪਣੀਆਂ ਮੋਛਾਂ ਨੂੰ ਤਾ ਦਿੰਦਿਆਂ ਹੋਇਆਂ ਵੱਟ ਦਿੰਦਿਆਂ ਹੋਇਆਂ ਲਾਲੀ ਚੜੀ ਹੈ ਚਿਹਰੇ ਦੇ ਉੱਪਰ ਡੌਲੇ ਫੜਕੇ ਨੇ ਐਸਾ ਬਲ ਬਖਸ਼ਿਸ਼ ਕੀਤਾ ਮਹਾਰਾਜੀਆਂ ਨੇ ਆਪਣੀਆਂ ਮੋਛਾਂ ਨੂੰ ਤਾ ਦਿੰਦਾ ਹੋਇਆ ਭਾਈ ਉਦਾਸ ਸਿੰਘ ਉਸ ਵੇਲੇ ਜੰਗ ਨੂੰ ਮੂੰਹ ਕਰਨ ਵਾਸਤੇ ਜੰਗ ਨੂੰ ਮੂੰਹ ਕਰਕੇ ਚੱਲਿਆ ਹੈ। ਆਸਵਾਰ ਕਿ ਕਾਨਾ ਜਿਹੜਾ ਘੋੜਾ ਸੇਵਾਦਾਰ ਨੇ ਲਿਆ ਕੇ ਖੜਾ ਕੀਤਾ ਸੀ ਨਾ ਸੋਣੀ ਕਾਠੀ ਪਾ ਕੇ ਉਸ ਘੋੜੇ ਦੇ ਉੱਪਰ ਸ਼ਾਲ ਮਾਰ ਕੇ ਪਲਾਕੀ ਬਾਰ ਕੇ ਬੈਠੇ ਹਨ। ਗਿਰ ਈਸ਼ਨ ਕੀ ਚਮੂ ਕਨੀ ਲਾ। ਮੁੱਖੋ ਇਹ ਜਿਹੜੀ ਪਹਾੜੀ ਰਾਜਿਆਂ ਦੀ ਫੌਜ ਤੇ ਬੜੀ ਵੱਡੀ ਹੈ। ਬੜੀ ਵੱਡੀ ਫੌਜ 2.5 ਤਿੰਨ ਲੱਖ ਦੀ ਗਿਣਤੀ ਜਿਹੜੀ ਹੈ 3 ਲੱਖ ਦੀ ਗਿਣਤੀ ਦੀ ਫੌਜ ਚੜ੍ਹ ਕੇ ਆਈ ਹੈ। ਉਦੇ ਵਿੱਚੋਂ ਕੁਝ ਮਰਮਰਾਵ ਹੀ ਗਏ ਫਿਰ ਵੀ ਕੋਈ 2.5 3 ਲੱਖ ਦੀ ਗਿਣਤੀ 2.5 ਪੌਣੇ 3 ਲੱਖ ਦੀ ਗਿਣਤੀ ਅਜੇ ਵੀ ਬਾਕੀ ਹੈ ਇੰਨੀ ਵੱਡੀ ਫੌਜ ਇਹ ਪਹਾੜੀਏ ਢੋਕੇ ਲੈ ਕੇ ਲੋਗੜ ਦੇ ਕਿਲੇ ਦੇ ਕੋਲ ਪਹੁੰਚੇ ਹਨ ਸਿੰਘ ਸਮੂਹ ਉਠਾਏ ਅਤੇ ਇਸੇ ਤਰ੍ਹਾਂ ਇਧਰੋਂ ਮਹਾਰਾਜ ਸਾਹਿਬ ਜੀਾਂ ਦੇ ਜਿਹੜੇ ਸੂਰਮੇ ਨੇ ਉਹ ਵੀ ਉੱਠ ਕੇ ਅੱਗੇ ਵਧੇ ਹਨ ਤੁਕਤ ਮਾਚੇ ਚਾਂਪ ਤੀਰ ਖਰ ਇਸੇ ਤਰ੍ਹਾਂ ਗੁਰਮਖੋ ਜੰਗ ਮੈਦਾਨ ਦੇ ਵਿੱਚ ਬੰਦੂਕਾਂ ਚੱਲਦੀਆਂ ਪਈਆਂ ਪਸਤੌ ਚੱਲਦੇ ਪਏ ਬڑے-ਬڑے ਖਪਰੇ ਤੀਰ ਵੀ ਜਿਹੜੇ ਨੇ ਸੱਪ ਦੇ ਵਾਂਗੂ ਸਾਹ ਖਿੱਚਣ ਵਾਲੇ ਉਹ ਵੀ ਜੰਗ ਮੈਦਾਨ ਦੇ ਵਿੱਚ ਚੱਲਦੇ ਹਨ ਕਹਿ ਕਹਿ ਸ਼ਸਤਰ ਸਿਧਾ ਇਹ ਮਹਾਰਾਜਿਆਂ ਦੇ ਸੂਰਮੇ ਕਿਸੇ ਨੇ ਬੰਦੂਕ ਚੱਕ ਲਈ ਹੈ ਕਿਸੇ ਨੇ ਪਿਸਟਲ ਨੂੰ ਪਕੜਿਆ ਕੋਈ ਤੀਰ ਚਲਾਉਣੇ ਜਾਣਦਾ ਕੋਈ ਵਰਸ਼ਾ ਨਿਜਾਬ ਵਹਾਉਣਾ ਜਾਣਦਾ ਉਹ ਆਪਣੇ ਸ਼ਸਤਰ ਲੈ ਕੇ ਜੰਗ ਮੈਦਾਨ ਦੇ ਵਿੱਚ ਅੱਗੇ ਵਧੇ ਹਨ ਆਜ ਭੇੜ ਉੜਕ ਕੋਪਰ ਹੈ ਕਿਉਂਕਿ ਮਹਾਰਾਜ ਦੇ ਸੂਰਮੇ ਜਾਣਦੇ ਨੇ ਵੀ ਅੱਜ ਬੜਾ ਭਿਆਨਕ ਭੇੜ ਇਹਨਾਂ ਦੇ ਲਾਲ ਹੋਣਾ ਅੱਜ ਦਾ ਜੰਗ ਸਭ ਤੋਂ ਭਿਆਨਕ ਜੰਗ ਅੱਜ ਹੋਣਾ ਹੈ ਜੰਗ ਦਾ ਨਿਰਣਾ ਹੀ ਅੱਜ ਹੋਵੇਗਾ ਐਸਾ ਜੰਗ ਅੱਜ ਕਰਨਾ ਹੈ ਗੁਰਪ੍ਰਤਾਪ ਤੇ ਮਾਰੇ ਅਤੇ ਇਹ ਵੀ ਜਾਣਦੇ ਨੇ ਵੀ ਸਤਗੁਰਾਂ ਦਾ ਪ੍ਰਤਾਪ ਹੈ ਗੁਰੂ ਦੀ ਕਿਰਪਾ ਹੈ ਗੁਰੂ ਦੀ ਕਿਰਪਾ ਦੇ ਨਾਲ ਅੱਜ ਸਾਰੀ ਇਹ ਪਹਾੜੀ ਫੌਜ ਜਿਹੜੀ ਉਸ ਨੂੰ ਨਾਸ ਕਰਨਾ ਹੈ ਕਹਾਂ ਪਏ ਹੋ ਜੋ ਅਨੀ ਕਨੀਤ ਗੁਰਮਖੋ ਦਲੇਰੀ ਤੇ ਬਹਾਦਰੀ ਸਾਹਸ ਜਿਹੜਾ ਹੈ ਨਾ ਜੰਗ ਦੇ ਵਿੱਚ ਜਿੱਤ ਦਿਵਾਉਣ ਵਾਲਾ ਜੇ ਆਪਾਂ ਗਿਣਤੀ ਕਰਨ ਲੱਗ ਪਈਏ ਤੇ ਗਿਣਤੀ ਕਰਕੇ ਮਨ ਵਿੱਚ ਡਰ ਪੈਦਾ ਹੁੰਦਾ ਉਤਸ਼ਾਹ ਖਤਮ ਹੋ ਜਾਂਦਾ ਪਰ ਮਹਾਰਾਜ ਦੇ ਸੂਰਮਿਆਂ ਦੇ ਮਨ ਵਿੱਚ ਪਹਾੜੀਆਂ ਦੀ ਬਹੁਤੀ ਫੌਜ ਦੀ ਗਿਣਤੀ ਵੇਖ ਕੇ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ ਪੂਰਾ ਉਤਸ਼ਾਹ ਚਾ ਬਣਿਆ ਹੋਇਆ ਦਲੇਰੀ ਤੇ ਹਿੰਮਤ ਨਾਲ ਹੈ ਬੜੀ ਹਿੰਮਤ ਦੇ ਨਾਲ ਸਤਿਗੁਰਾਂ ਦੇ ਉੱਪਰ ਭਰੋਸਾ ਰੱਖਦਿਆ ਹੋਇਆ ਜੰਗ ਦੇ ਵਿੱਚ ਅੱਗੇ ਵਧੇ ਹਨ ਲੜਕਰ ਮੂਰਖ ਹਰ ਅਤੇ ਇਹ ਮੂਰਖ ਜਿਹੜੇ ਨੇ ਇਹ ਲੜ ਕੇ ਹਾਰ ਜਾਣਗੇ ਇਹ ਵੀ ਜਾਣਦੇ ਨੇ ਮਹਾਰਾਜ ਦੇ ਸੂਰਮਿਆਂ ਨੂੰ ਇਹ ਭਰੋਸਾ ਹੈ ਜੰਗ ਅਖੀਰ ਵਿੱਚ ਅਸੀਂ ਹੀ ਜਿੱਤਨੀ ਹੈ ਇਹਨਾਂ ਨੇ ਹਾਰਨਾ ਹੈ ਭਾਵੇਂ ਕਿੱਡੀ ਵੀ ਵੱਡੀ ਫੌਜ ਲੈ ਕੇ ਆਏ ਇਸ ਤਰ੍ਹਾਂ ਦਾ ਭਰੋਸਾ ਰੱਖ ਕੇ ਜੰਗ ਦੇ ਵਿੱਚ ਅੱਗੇ ਵਧੇ ਹਨ ਦੁਹਰਾ ਦੋਨੋਂ ਦੀਰਘ ਸੂਰਮੇ ਅਪਰ ਸਿੰਘ ਸਮੁੰਦਾਏ ਗੁਰਮਖੋ ਦੋਨੇ ਹੀ ਮਹਾਰਾਜ ਦੇ ਬੜੇ ਵੱਡੇ ਸੂਰਮੇ ਨੇ ਇੱਕ ਨੇ ਭਾਈ ਬਚਿੱਤਰ ਸਿੰਘ ਜਿਹੜੇ ਮਹਾਰਾਜ ਦੀ ਸੇਵਾ ਵਿੱਚ ਰਾਤ ਨੂੰ ਪਹਿਰਾ ਦਿਆ ਕਰਦੇ ਸੇਵਾ ਕਰ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਮਹਾਰਾਜ ਨੇ ਥਾਪੜਾ ਦੇ ਕੇ ਤੋੜਿਆ ਹੈ ਦੂਜੇ ਨੇ ਭਾਈ ਉਦੇਸ ਸਿੰਘ ਜੀ ਭਾਈ ਮਣੀ ਰਾਮ ਜੀਆ ਦੇ ਪੁੱਤਰ ਮਲਤਾਨ ਦੇ ਨੇੜੇ ਨਗਰ ਵਿੱਚ ਰਹਿਣ ਵਾਲੇ ਇਹ ਵੀ ਸਤਗੁਰੂ ਮਹਾਰਾਜ ਦੀ ਫੌਜ ਦੇ ਸੈਨਾਪਤੀ ਨੇ ਸਤਗੁਰਾਂ ਨੇ ਪ੍ਰਸੰਨ ਹੋ ਕੇ ਇਹਨਾਂ ਨੂੰ ਜੰਗ ਦੇ ਵਿੱਚ ਤੋਰਿਆ ਥਾਪੜਾ ਦੇ ਕੇ ਇਹ ਵੱਡੇ ਦੂਸੂਰਮੇ ਮਹਾਰਾਜ ਦੇ ਦੋਨਾਂ ਨੂੰ ਵੱਖੋ ਵੱਖਰੀ ਡਿਊਟੀ ਮਿਲੀ ਹੈ ਇੱਕ ਨੂੰ ਬਚਨ ਇਹ ਆ ਵੀ ਹਾਥੀ ਦੇ ਸਿਰ ਵਿੱਚ ਵਰਸ਼ਾ ਮਾਰਨਾ ਦੂਜੇ ਨੂੰ ਹੁਕਮ ਇਹ ਆ ਵੀ ਕੇਸਰੀ ਚੰਦ ਰਾਦੇ ਦਾ ਸਿਰ ਵੱਢ ਕੇ ਲੈ ਕੇ ਆਉਣਾ ਹੈ ਇਹ ਦੋਨੇ ਸੂਰਮੇ ਮਹਾਰਾਜ ਦੇ ਜੰਗ ਮੈਦਾਨ ਵਿੱਚ ਪਹੁੰਚੇ ਹਨ ਚਲੇ ਲੜਨ ਕੇ ਹੇਤ ਕੋ ਅਤੇ ਇਸੇ ਤਰ੍ਹਾਂ ਜੰਗ ਮੈਦਾਨ ਦੇ ਵਿੱਚ ਲੜਨ ਵਾਸਤੇ ਚਲੇ ਹਨ ਜਹ ਰਣ ਖੇਤ ਬਣਾਏ ਜਿੱਥੇ ਇਹਨਾਂ ਪਹਾੜੀਆਂ ਨੇ ਜੰਗ ਮੈਦਾਨ ਮੜਿਆ ਹੋਇਆ ਬਣਾਇਆ ਹੋਇਆ ਨਾ ਲੜਨ ਦੀ ਜਗ੍ਹਾ ਮੁਕਰਰ ਕੀਤੀ ਹੈ ਜਿੱਥੇ ਜੰਗ ਹੋਣਾ ਹੈ ਲੋਗੜ ਕਿਲੇ ਦੇ ਨੇੜੇ ਉਸ ਜਗ੍ਹਾ ਦੇ ਉੱਪਰ ਪਹੁੰਚੇ ਹਨ ਚੰਪਕਮਲਾ ਸੰਧ ਦੀਰਗ ਰੌਰਾ ਦ્વੈਦਸ਼ ਹੋਵਾਂ ਗੁਰਮਖੋ ਦੋਨਾਂ ਪਾਸਿਆਂ ਦੇ ਉੱਪਰ ਰੌਲਾ ਬੜਾ ਪੈ ਰਿਹਾ ਹੁਣ ਇੰਨੇ ਬੰਦੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਣਗੇ ਢੋਲ ਵਜਦੇ ਪੈ ਨਗਾਰੇ ਵਜਦੇ ਪੈ ਹਾਥੀ ਚੀਕਦੇ ਪੈ ਘੋੜੇ ਹਿਣਕਦੇ ਪੈ ਬੰਦੇ ਇੱਕ ਦੂਜੇ ਨੂੰ ਵਾਜਾਂ ਮਾਰਦੇ ਪੈ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਜੰਗ ਮੈਦਾਨ ਦੇ ਵਿੱਚ ਹੋ ਰਿਹਾ ਹੈ ਚਹਤ ਹਾਥੀ ਕੋ ਤਵ ਢੋਲ ਗੁਰਮਖੋ ਇਹ ਪਹਾੜੀਆਂ ਦੀ ਪਹਿਲੀ ਨੀਤੀ ਇਹ ਹੈ ਵੀ ਸਭ ਤੋਂ ਪਹਿਲਾਂ ਆਪਾਂ ਹਾਥੀ ਅੱਗੇ ਲਾਈਏ ਹਾਥੀ ਦੇ ਕੋਲੋਂ ਟੱਕਰ ਮਰਵਾਈਏ ਦਰਵਾਜ਼ੇ ਨੂੰ ਦਰਵਾਜ਼ਾ ਭੰਨਿਏ ਲੋਗੜ ਦਾ ਕਹਿਣ ਲੱਗੇ ਪਹਾੜੀਏ ਆਪਣਾ ਹਾਥੀ ਜਿਸ ਨੂੰ ਬੜੀ ਡਾਢੀ ਸ਼ਰਾਬ ਪਲਾਈ ਹੋਈ ਹੈ ਜਿਸ ਨੂੰ ਬੜੇ ਗਰਮ ਮਸਾਲੇ ਦੇ ਦੇ ਕੇ ਬੜਾ ਬਲਵਾਨ ਕੀਤਾ ਹੋਇਆ ਹੈ ਉਸ ਹਾਥੀ ਨੂੰ ਅੱਗੇ ਲੈ ਕੇ ਵਧਣਾ ਚਾਹੁੰਦੇ ਹਨ ਸਿੰਘ ਗਏ ਘੋੜੇ ਅਸਵਾਰਾ ਇਧਰੋਂ ਮਹਾਰਾਜਿਆਂ ਦੇ ਸਿੰਘ ਭਾਈ ਬਚਿੱਤਰ ਸਿੰਘ ਤੇ ਭਾਈ ਉਦਾਸ ਸਿੰਘ ਦੋ ਜੂਰਮੇ ਮਹਾਰਾਜ ਦੇ ਘੋੜੇ ਦੇ ਉੱਪਰ ਸਵਾਰ ਹੋ ਕੇ ਆਪੋ ਆਪਣੀ ਫੌਜ ਲੈ ਕੇ ਜੰਗ ਮੈਦਾਨ ਵਿੱਚ ਪਹੁੰਚੇ ਹਨ ਲੋਹਗੜੀ ਕੋ ਦਵਾਰ ਨਿਹਰ ਉਸ ਵੇਲੇ ਲੋਹਗੜੀ ਇਹ ਜਿਹੜੀ ਗੜੀ ਹੈ ਕਿਲਾ ਜਿਸ ਨੂੰ ਆਪਾਂ ਕਹਿ ਦਿੰਦੇ ਲੋਹਗੜ ਦਾ ਕਿਲਾ ਸੋ ਉਸ ਕਿਲੇ ਦੇ ਉੱਪਰ ਇਹਨਾਂ ਸੂਰਮਿਆਂ ਦੀ ਨਿਗਾਹ ਪਈ ਹੈ ਨਿਹਰ ਸਿੰਘ ਅੰਬੀਰ ਬਸਲਾ ਇੱਕ ਮਹਾਰਾਜ ਦਾ ਸੂਰਮਾ ਹੈ ਉਹਦਾ ਨਾਮ ਹੈ ਭਾਈ ਨਾਹਰ ਸਿੰਘ ਔਰ ਬਹੁਤ ਵੱਡਾ ਸੂਰਮਾ ਬੜੀ ਜੰਗ ਮੈਦਾਨ ਦੀ ਇਹ ਜੰਗ ਕਰਨ ਦੀ ਨੀਤੀ ਬੜੀ ਜਾਣਦਾ ਹੈ ਜੰਗ ਦਾ ਡਾਢਾ ਗਿਆਨ ਰੱਖਦਾ ਹੈ ਔਰ ਜਗ ਬੜੀ ਬਹਾਦਰੀ ਦੇ ਨਾਲ ਕਰਦਾ ਹੈ ਨਾਮ ਹੈ ਭਾਈ ਨਾਰ ਸਿੰਘ ਇਹ ਬੜਾ ਵੱਡਾ ਸੂਰਮਾ ਹੈ ਵਿਚ ਥਿਰੇ ਲੈ ਸਿੰਘਨ ਜਾਲਾ ਇਹ ਸਿੰਘਾਂ ਦੀ ਫੌਜ ਲੈ ਕੇ ਤੇ ਵਿਚਕਾਰ ਖੜ ਗਿਆ ਇਹਨੇ ਆਖਿਆ ਵੀ ਮੈਂ ਵਿਚਕਾਰ ਮੈਦਾਨ ਮਲਦਾ ਹਾਂ ਇਹਨਾਂ ਨੂੰ ਮੈਂ ਅੱਗੇ ਨਹੀਂ ਵਧਣ ਦੇਵਾਂਗਾ ਇਸ ਤਰ੍ਹਾਂ ਭਾਈ ਨਾਰ ਸਿੰਘ ਜੀ ਆਪਣਾ ਜਥਾ ਲੈ ਕੇ ਵਿਚਕਾਰ ਮੈਦਾਨ ਦੇ ਡਟ ਗਏ ਹਨ। ਹਾਸਟ ਪ੍ਰਿਸ਼ਟਾ ਹੱਥ ਸੰਭਾਰੇ। ਅਤੇ ਉਸ ਵੇਲੇ ਗੁਰਮੁਖੋ ਇਹ ਜੜੀਆਂ ਬੰਦੂਕਾਂ ਨੇ ਨਾ ਬੰਦੂਕਾਂ ਹੱਥ ਵਿੱਚ ਬੰਦੂਕਾਂ ਦੇ ਉੱਪਰ ਲੱਕੜ ਦਾ ਵੀ ਬੱਟ ਲੱਗਾ ਹੁੰਦਾ। ਕੁਝ ਲੋਹੇ ਦਾ ਹਿੱਸਾ ਹੁੰਦਾ। ਕਹਿਣ ਲੱਗੇ ਵੀ ਇਸ ਤਰ੍ਹਾਂ ਬੰਦੂਕਾਂ ਆਪਣੇ ਹੱਥਾਂ ਵਿੱਚ ਲੈ ਕੇ ਤੇ ਮੋਰਚਿਆਂ ਵਿੱਚ ਸਾਵਧਾਨ ਹੋ ਗਏ ਹਨ। ਦਾਲ ਦੋ ਗੋਰੀ ਹੋਇਆ ਕਰ ਤਿਆਰੇ। ਤੇ ਗੁਰਮੁਖੋ ਦੋ-ਦੋ ਗੋਲੀਆਂ ਜਿਹੜੀਆਂ ਬੰਦੂਕ ਵਿੱਚ ਪਾਈਆਂ ਜਾਂਦੀਆਂ। ਦੋਰੀਆਂ ਦੋਰੀਆਂ ਗੋਲੀਆਂ ਪਾ ਕੇ ਅੱਜ ਸਾਇੰਸ ਨੇ ਤਰੱਕੀ ਕੀਤੀ ਹੈ ਨਾ ਆਟੋਮੈਟਿਕ ਹਥਿਆਰ ਆ ਗਿਆ ਇੱਕ ਸਕਿੰਟ ਦੇ ਵਿੱਚ ਕਿੰਨੀਆਂ-ਕਿੰਨੀਆਂ ਗੋਲੀਆਂ ਮਿੰਟ-ਵਿਟ ਲੰਘ ਜਾਂਦੀਆਂ ਪਰ ਉਹਨਾਂ ਸਮਿਆਂ ਵਿੱਚ ਐਸੇ ਹਥਿਆਰ ਨਹੀਂ ਸਨ ਪਰ ਫਿਰ ਵੀ ਦੋ ਗੋਲੀਆਂ ਵਾਲਾ ਹਥਿਆਰ ਬੜੀ ਵੱਡੀ ਚੀਜ਼ ਉਹਨਾਂ ਸਮਿਆਂ ਵਿੱਚ ਹੋਇਆ ਕਰਦਾ ਦੋ-ਦੋ ਗੋਲੀਆਂ ਭਰ ਕੇ ਬੰਦੂਕਾ ਤਿਆਰ ਕਰ ਲਈਆਂ ਹਾਂ ਸ਼ੋਰਤ ਬੈਰੀ ਹਿਰਤੇ ਆਏ ਜਦੋਂ ਦੁਸ਼ਮਣ ਨੂੰ ਵੇਖਦੇ ਵੀ ਨੇੜੇ ਆ ਗਿਆ ਉਦੋਂ ਫਿਰ ਨਿਸ਼ਾਨਾ ਤੱਕ ਕੇ ਤੇ ਬੰਦੂਕ ਵਿੱਚੋਂ ਗੋਲੀ ਚਲਾਉਂਦੇ ਹਾਂ ਦਾਉਤਸਾਹੂ ਵੀਰ ਵਧਾਏ ਅਤੇ ਇੱਕ ਦੂਜੇ ਨੂੰ ਉਤਸ਼ਾਹ ਵੀ ਦਿੰਦੇ ਨੇ ਮੰਨ ਲਓ ਵੀ ਹੁਣ ਜੰਗ ਮੈਦਾਨ ਵਿੱਚ ਫਟੜ ਵੀ ਹੋ ਜਾਈਦਾ ਹੈ ਨਾ ਇਹ ਨਹੀਂ ਵੀ ਇੱਕ ਫਟੜ ਹੋ ਗਿਆ ਤੇ ਉਹ ਪੈਰ ਫੜ ਕੇ ਉੱਥੇ ਹੀ ਬਹਿ ਜਾਵੇ ਵੀ ਹਾਏ ਮਰ ਗਿਆ ਤੇ ਦੂਜਿਆਂ ਨੂੰ ਵੀ ਆਪਣੇ ਧਿਆਨੇ ਲਾ ਲਵੇ ਨਹੀਂ ਜੇ ਕੋਈ ਫਟੜ ਹੋ ਜਾਂਦਾ ਹੈ ਉਹ ਬੜੇ ਉਤਸ਼ਾਹ ਦੇ ਨਾਲ ਦੂਜਿਆਂ ਨੂੰ ਆਖਦਾ ਮੇਰੀ ਪਰਵਾਹ ਨਾ ਕਰੋ ਤੁਸੀਂ ਲੜੋ ਅੱਗੇ ਤਗੜੇ ਹੋਗੇ ਮੈਨੂੰ ਕੁਝ ਨਹੀਂ ਹੋਇਆ ਮੈਂ ਵੀ ਚੰਗਾ ਭਲਾ ਮੈਂ ਵੀ ਤਗੜਾ ਹਾਂ ਇਸ ਤਰ੍ਹਾਂ ਇੱਕ ਦੂਜੇ ਨੂੰ ਆਵਾਜ਼ਾਂ ਦੇ ਦੇ ਕੇ ਉਤਸ਼ਾਹ ਦਿੰਦੇ ਉਤਸ਼ਾਹ ਦਿੰਦੇ ਇੱਕ ਦੂਜੇ ਨੂੰ ਲਲਕਾਰਦੇ ਪ੍ਰੇਰਦੇ ਨੇ ਜੰਗ ਕਿਵੇਂ ਕਰਨਾ ਹੈ ਇਸ ਤਰ੍ਹਾਂ ਪੂਰੀ ਨੀਤੀ ਦੇ ਨਾਲ ਜੰਗ ਸ਼ੁਰੂ ਹੋਇਆ ਹੈ ਸ਼੍ਰੀ ਪ੍ਰਭ ਹਵੈ ਰਸਿਆ ਕਰਪਾ ਨਾਲ ਇੱਕ ਦੂਜੇ ਨੂੰ ਇਹ ਵੀ ਗੱਲ ਆਖਦੇ ਉਹ ਗੁਰੂ ਕੇ ਉਹ ਸਿੱਖੋ ਕੁਭਰਾਓ ਨਾ ਡਰੋ ਨਾ ਦਲੇਰੀ ਨਾ ਹਾਰਿਓ ਸਾਡੀ ਪਿੱਠ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖਲੋਤੇ ਹੋਏ ਸਾਡਾ ਮਹਾਰਾਜਵਾਲ ਨਹੀਂ ਵਿੰਗਾ ਹੋਣ ਦੇਣਗੇ ਸਾਡੀ ਪਿੱਠ ਨਹੀਂ ਲੱਗੇਗੀ ਆਪਾਂ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਆਪਾਂ ਜੰਗ ਲੜਨ ਵਾਸਤੇ ਆਏ ਇਸ ਤਰ੍ਹਾਂ ਇੱਕ ਦੂਜੇ ਨੂੰ ਆਖਦੇ ਹਨ ਨਾਮ ਸੋ ਲੀਜੈ ਜੈ ਰਣਕਾਰੀ ਇਸ ਕਰਕੇ ਗੁਰਮੁਖੋ ਜੰਗ ਮੈਦਾਨ ਦੇ ਵਿੱਚ ਗੁਰੂ ਦਾ ਨਾਮ ਲਾਓ ਜੰਗ ਲੜਦਿਆਂ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਲੜਦਿਆਂ ਇਹ ਵਚਨ ਕਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਕਰਦਿਆਂ ਹੋਇਆਂ ਗੁਰੂ ਨੂੰ ਯਾਦ ਕਰੋ ਜਦੋਂ ਗੁਰੂ ਨੂੰ ਯਾਦ ਕਰੋਗੇ ਸਤਿਗੁਰੂ ਤੁਹਾਨੂੰ ਬਹਾਦਰੀ ਤਾਕਤ ਬਖਸ਼ਿਸ਼ ਕਰਨਗੇ ਦਲੇਰੀ ਤੇ ਹਿੰਮਤ ਬਖਸ਼ਿਸ਼ ਕਰ ਦੇਣਗੇ ਜੰਗ ਕਰਦਿਆਂ ਹੋਇਆਂ ਵੀ ਗੁਰੂ ਦੇ ਨਾਮ ਨੂੰ ਨਾ ਭੁੱਲੋ ਤੇ ਗੁਰਮਖੋ ਤਾਂ ਹੀ ਬਚਨ ਆਉਂਦਾ ਨਾ ਰਾਜ ਕਰੇਗਾ ਖਾਲਸਾ ਖਾਲਸਾ ਉਹਨਾਂ ਨੂੰ ਹੀ ਕਿਹਾ ਹੈ ਜਿਹੜੇ ਜੰਗ ਲੜਦਿਆਂ ਹੋਇਆਂ ਵੀ ਨਾਮ ਨੂੰ ਨਹੀਂ ਭੁੱਲੇ ਅੱਜ ਮਾਲਕ ਨੇ ਸਾਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ ਸਾਰੇ ਪਦਾਰ ਦਿੱਤੇ ਸਾਰੇ ਸੁੱਖ ਵੀ ਦਿੱਤੇ ਹੋਏ ਪਰ ਸਾਰੇ ਸੁੱਖ ਵਿੱਚ ਰਹਿੰਦਿਆਂ ਹੋਇਆਂ ਸੀ ਉਹਦੇ ਨਾਮ ਨੂੰ ਭੁੱਲ ਗਏ ਆ ਇਕ ਉਹ ਨੇ ਜਿਹੜੇ ਜੰਗ ਮੈਦਾਨ ਦੇ ਵਿੱਚ ਲੜਦੇ ਪਏ ਪਤਾ ਨਹੀਂ ਕਿਹੜੇ ਪਾਸਿਓਂ ਗੋਲੀ ਆਉਣੀ ਹੈ ਵੱਜ ਜਾਣੀ ਹੈ ਕਿਹੜੇ ਪਾਸਿਓਂ ਤੀਰ ਆਉਣਾ ਤੇ ਵੱਜ ਜਾਣਾ ਹੈ ਜੰਗ ਮੈਦਾਨ ਵਿੱਚ ਮਰਨਾ ਮਰਉਣਾ ਤੇ ਹੈ ਪਰ ਐਸੀ ਥਾਂ ਦੇ ਉੱਪਰ ਵੀ ਜਾ ਕੇ ਉਹ ਨਾਮ ਨੂੰ ਨਹੀਂ ਭੁੱਲੇ ਗੁਰੂ ਨੂੰ ਯਾਦ ਕਰਦੇ ਪਏ ਗੁਰੂ ਗੁਰੂ ਗੁਰ ਕਰ ਮੰਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਏ ਐਸੇ ਬਚਨ ਕਰਦੇ ਪਏ ਇੱਕ ਪਾਸੇ ਉਹ ਗੁਰਮੁਖੋ ਆਪਾਂ ਆ ਜਿੰਦਗੀ ਦੇ ਸਾਰੇ ਸੁੱਖ ਲੈ ਕੇ ਪਦਾਰਥ ਲੈ ਕੇ ਦਾਤ ਪਿਆਰੀ ਵਿਸਰਿਆ ਦੋਤ ਸਾਨੂੰ ਅੱਜ ਦਾਤਾਂ ਚੰਗੀਆਂ ਲੱਗਣ ਲੱਗ ਪਈਆਂ ਪਰ ਦਾਤਾਂ ਦੇਣ ਵਾਲਾ ਚੇਤੇ ਨਹੀਂ ਆਉਂਦਾ ਉਹ ਚੇਤੇ ਕਰਾਉਣਾ ਪੈਂਦਾ ਵੀ ਚੇਤੇ ਕਰ ਚੇਤੇ ਕਰ ਦਾਤ ਚੰਗੀ ਲੱਗਦੀ ਹੈ ਪਰ ਦਾਤ ਦੇਣ ਵਾਲਾ ਨਹੀਂ ਉਹ ਸਿੱਖ ਨੇ ਮਹਾਰਾਜ ਦੇ ਭੁੱਖੇ ਵੀ ਰਹਿੰਦੇ ਪਿਆਸੇ ਵੀ ਰਹਿੰਦੇ ਫਟੜ ਵੀ ਹੁੰਦੇ ਸ਼ਹੀਦੀ ਵੀ ਪਾਉਂਦੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਨਾਮ ਨੂੰ ਨਹੀਂ ਭੁੱਲਦੇ ਨਾਮ ਜਪਦੇ ਪੈ ਅਸੀਂ ਇਹ ਇਤਿਹਾਸ ਤਾਂ ਸਰਵਨ ਕਰਦੇ ਆ ਆਪਣੇ ਵੱਡੇ ਵਡੇਰਿਆਂ ਕੋਲੋਂ ਸੇਧ ਲਈਏ ਵੀ ਉਹਨਾਂ ਦਾ ਜੀਵਨ ਕਿਹਦਾ ਹੈ ਆਪਣੇ ਜੀਵਨ ਵੱਲ ਵੇਖੀਏ ਸਾਡਾ ਕਿਹਦਾ ਹੈ ਅਸੀਂ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਹਾਂ ਵਿਦਵਾਨ ਕਹਿੰਦਾ ਨਾ ਕਿ ਸਿੱਖ ਸੰਗਤ ਵਿੱਚ ਕਈ ਤਰ੍ਹਾਂ ਦੇ ਆਉਂਦੇ ਇਹ ਕੋਣ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਊਂਗੇ ਨੇ ਊਂਗੇ ਤੋਂ ਭਾਵ ਊਂਗਣ ਵਾਲੇ ਸੌਣ ਵਾਲੇ ਚਲੋ ਸੰਗਤ ਵਿੱਚ ਚੱਲੇ ਆਂ ਤੋ ਲਾਵਾਂਗੇ ਕੰਦ ਨੂੰ ਸੌ ਜਾਵਾਂਗੇ ਕੁਝ ਆਏ ਸੌਣ ਵਾਸਤੇ ਆਪਣੀ ਜਗਾ ਰੱਖੀ ਐ ਸੌਂ ਗਏ ਕਿਸੇ ਨੇ ਲੂਣਾ ਮਾਰ ਕੇ ਠਾਇਆ ਵੀ ਉੱਠ ਫੇਰ ਉੱਠੇ ਫੇਰ ਸੌ ਗਏ ਦੂਜੇ ਨੰਬਰ ਦੇ ਆਉਂਦੇ ਸੁੰਗੇ ਸੁੰਗੇ ਭਾਵ ਸੁੰਘਣ ਵਾਲੇ ਉਹਨਾਂ ਦਾ ਕੰਮ ਹੈ ਸੁੰਘਣਾ ਵੇਖਣਾ ਕਿੱਥੇ ਕੀ ਹੋ ਰਿਹਾ ਔਰ ਪੂਰੀ ਜਾਣਕਾਰੀ ਲੈਣੀ ਪੂਰੇ ਕੰਨ ਵਿੱਚ ਰੱਖਣੇ ਵੀ ਹੋ ਕੀ ਰਿਹਾ ਸਾਨੂੰ ਪਤਾ ਲੱਗੇ ਹਰੇਕ ਗੱਲ ਨੂੰ ਸੁੰਘਦੇ ਰਹਿਣਾ ਇਸ ਤਰ੍ਹਾਂ ਦੇ ਵੀ ਆਉਂਦੇ ਇਸ ਸੰਗਤ ਦੇ ਵਿੱਚ ਕਈ ਤਰ੍ਹਾਂ ਦੇ ਆਉਂਦੇ ਨੇ ਵਿਅਕਤੀ ਵਾਖੂ ਵਖਰਾ ਸੁਭਾਅ ਲੈ ਕੇ ਇੱਕ ਆਉਂਦੇ ਨੇ ਖੁੰਗੇ ਖੁੰਗੇ ਉਹ ਹੁੰਦੇ ਨੇ ਜਿਵੇਂ ਖੁੰਗੀ ਹੁੰਦੀ ਹੈ ਨਾ ਲੱਕੜ ਦੀ ਉਹ ਹਰੇਕ ਚੀਜ਼ ਦੇ ਵਿੱਚ ਅੜਦੀ ਫਿਰਦੀ ਹੈ ਉਹਨਾਂ ਦਾ ਸੁਭਾਅ ਖੁੰਗੀ ਵਰਗਾ ਹੁੰਦਾ ਹਰੇਕ ਗੱਲ ਦੇ ਵਿੱਚ ਲੱਤ ਪਸਾ ਹੀ ਲੈਣੀ ਜਾਂਦੀ ਹਰੇਕ ਕੰਮ ਦੇ ਵਿੱਚ ਅੜਨਾ ਉਹਨਾਂ ਨੂੰ ਕਿਹਾ ਜਾਂਦਾ ਖੁੰਗੇ ਇਸ ਤਰ੍ਹਾਂ ਦੇ ਵੀ ਆਉਂਦੇ ਇੱਕ ਨੇ ਉਂਗੇ ਸੌਣ ਵਾਲੇ ਇੱਕ ਨੇ ਸੁੰਗੇ ਸੁੰਗਣ ਵਾਲੇ ਪਤਾ ਲੱਗੇ ਵੀ ਕਿੱਥੇ ਕੀ ਹੁੰਦਾ ਇੱਕ ਨੇ ਖੂੰਗੇ ਅਰੇ ਗੱਲ ਦੇ ਵਿੱਚ ਲੱਤ ਪਸਾਉਣ ਵਾਲੇ ਇਸ ਤਰ੍ਹਾਂ ਦਾ ਸੁਭਾਅ ਬਣਦਾ ਜਾਂਦਾ ਹੈ ਪਰ ਮਹਾਰਾਜ ਦੇ ਸੂਰਮੇ ਜੰਗ ਲੜਦੇ ਪੈ ਜੰਗ ਦੇ ਵਿੱਚ ਵੀ ਉਹ ਗੁਰੂ ਨੂੰ ਚੇਤੇ ਕਰਦੇ ਹਨ ਸੰਚਲਾ ਛੰਦ ਸ਼ੇਰ ਸਿੰਘ ਦੂਸਰੋ ਸੋ ਜੂਥਨਾਥ ਬੀਚ ਬੀਰ ਮਹਾਰਾਜ ਸਾਹਿਬ ਜੀ ਆਂ ਦੇ ਦੂਸਰੇ ਸੂਰਮੇ ਦਾ ਨਾਮ ਸ਼ੇਰ ਸਿੰਘ ਲਿਖਿਆ ਹੈ ਜਿਹੜਾ ਸੈਨਾਪਤੀ ਹੈ ਇਹ ਵੀ ਫੌਜ ਦੇ ਵਿੱਚ ਮਹਾਰਾਜ ਨੇ ਤੋਰਿਆ ਹੈ ਤਿਆਰ ਜੰਗ ਖੇਤ ਕੋ ਸਲੋਕ ਕੋਟਪੌਰ ਤੀਰ ਇਹ ਵੀ ਮਹਾਰਾਜ ਦੇ ਹੁਕਮ ਦੇ ਨਾਲ ਤਿਆਰ ਹੋ ਕੇ ਨਾ ਬਸਤਰ ਪਾ ਕੇ ਜੰਗ ਵਾਲੇ ਲੋਹੇ ਦੀ ਵਰਦੀ ਪਾ ਕੇ ਸੰਜੋਬ ਪਾ ਕੇ ਹਥਿਆਰ ਲੈ ਕੇ ਇਹ ਵੀ ਮਹਾਰਾਜ ਸਾਹਿਬ ਜੀ ਇਹਦੇ ਹੁਕਮ ਦੇ ਨਾਲ ਜੰਗ ਕਰਨ ਵਾਸਤੇ ਜਿਹੜਾ ਕਿਲਾ ਹੈ ਨਾ ਗੁਰਮੁਖੋ ਲੋਹਗੜ ਦਾ ਉਹਦੇ ਦਰਵਾਜੇ ਦੇ ਸਾਹਮਣੇ ਖਲੋਤਾ ਹੈ ਕਿੰਨਾ ਨਿਰਪੈ ਹੈ ਕਿੰਨਾ ਡਰ ਹੈ ਬਾਹਰ ਢਾਈ ਤੱਕ ਦੀ ਫੌਜ ਹਾਥੀ ਲੈ ਕੇ ਅੱਗੇ ਵਾਧੀ ਪਈ ਹੈ ਮਹਾਰਾਜ ਦਾ ਸੂਰਮਾ ਨਾਮ ਹੀ ਸ਼ੇਰ ਸਿੰਘ ਹੈ ਵਾਕਿਆ ਹੀ ਸ਼ੇਰ ਦੇ ਵਾਂਗ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਉਸ ਵੇਲੇ ਖਲੋਤਾ ਹੈ ਸੈਨ ਸੈਲ 나ਥ ਕੀ ਵਿਸਾਲ ਹੇਲ ਕਾਲ ਕਾਲ ਗੁਰਮਖੋ ਇਸੇ ਤਰ੍ਹਾਂ ਪਹਾੜੀ ਰਾਜਿਆਂ ਦੀ ਵੱਡੀ ਫੌਜ ਮਾਰ ਲਓ ਮਾਰ ਲਓ ਹਮਲਾ ਕਰੋ ਅੱਗੇ ਵਧੋ ਇਸ ਤਰ੍ਹਾਂ ਬੋਲਦੀ ਪਈ ਹੈ ਇੱਕ ਦੂਜੇ ਨੂੰ ਵੰਗਾਰ ਵੰਗਾਰ ਕੇ ਪਹਾੜੀਏ ਕਿ ਮਾਰ ਲੈਣਾ ਕਰੋ ਗੁਰੂ ਦੇ ਖਾਲਸੇ ਨੂੰ ਮਾਰ ਲੈਣਾ ਕਰੋ ਇਸ ਕਿਲੇ ਨੂੰ ਅੱਗੇ ਵਧੋ ਇਸ ਤਰ੍ਹਾਂ ਰੌਲਾ ਪਾਉਂਦੇ ਹੋਏ ਅੱਗੇ ਵੱਧਦੇ ਹਨ ਮਾਰ ਮਾਰ ਬੋਲਤੀ ਪੁਕਾਰ ਪੂਰ ਡਾਲ ਡਾਲ ਗੁਰਮੁਖੋ ਐਸੇ ਤਰ੍ਹਾਂ ਮਾਰਦੀ ਮਾਰਦੀ ਕਹਿ ਕਹਿ ਕੇ ਫੌਜ ਅੱਗੇ ਵੱਧਦੀ ਪਈ ਹੈ ਪਰ ਇਧਰੋਂ ਮਹਾਰਾਜ ਦੇ ਜਿਹੜੇ ਸੂਰਮੇ ਨੇ ਨਾ ਗੁਰਮੁਖੋ ਇਹਨਾਂ ਨੂੰ ਮਾਰ-ਮਾਰ ਕੇ ਧਰਤੀ ਦੇ ਉੱਪਰ ਛੁੱਟੀ ਜਾ ਰਹੇ ਹਨ ਸ਼੍ਰੀ ਗੁਰੂ ਬਲੋਕ ਤੇ ਉਤੰਗ ਥਾਨ ਪੈਤਰੰਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਮਦਮਾ ਸਾਹਿਬ ਦੀ ਧਰਤੀ ਉੱਚਾ ਸਥਾਨ ਆਪਾਂ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਉਹਦੇ ਨੇੜੇ ਹੀ ਬਣਿਆ ਹੋਇਆ ਉੱਚਾ ਸਥਾਨ ਗੁਰੂ ਘਰ ਦਾ ਮਦਮਦ ਸਾਹਿਬ ਉੱਥੇ ਮਹਾਰਾਜ ਬੈਠੇ ਹੋਏ ਇਹ ਸਾਰਾ ਜੰਗ ਦਾ ਹਾਲ ਪਾਤਸ਼ਾਹ ਵੇਖਦੇ ਪਏ ਹਨ ਜੰਗ ਮੈਂ ਉ ਮੰਗ ਕੈ ਤੁਫੰਗ ਸੰਗ ਭੰਗਿ ਅੰਤ ਸਤਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੇਖਦੇ ਪਏ ਵੀ ਸਾਡੇ ਸੂਰਮੇ ਜਿਹੜੇ ਨੇ ਬੰਦੂਕਾਂ ਵਿੱਚੋਂ ਗੋਲੀਆਂ ਚਲਾ ਚਲਾ ਕੇ ਕਿਵੇਂ ਦੁਸ਼ਮਣ ਫੌਜ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਪਾੜ-ਪਾੜ ਕੇ ਧਰਤੀ ਤੇ ਸੁੱਟਦੇ ਹਨ ਪੂਰੀਆਂ ਦੋ ਉਹਰੀਆਂ ਸੋ ਸ਼ੋਰੀਆਂ ਸਰੀਰ ਫੋਰ ਕਿਸੇ ਤਰ੍ਹਾਂ ਗੁਰਮਖੋ ਦੋ-ਦੋ ਗੋਲੀਆਂ ਪਾ ਪਾ ਕੇ ਬੰਦੂਕ ਦੇ ਵਿੱਚ ਲਾਈਆਂ ਇੱਕ ਗੋਲੀ ਦੇ ਨਾਲ ਇੱਕ ਸੂਰਮਾ ਧਰਤੀ ਤੇ ਮਰ ਕੇ ਡਿੱਗਦਾ ਹੈ ਦੂਜੀ ਗੋਲੀ ਚੱਲਦੀ ਦੂਜਾ ਮਰ ਕੇ ਡਿੱਗਦਾ ਹੈ ਦੋ-ਦੋ ਸੂਰਮੇ ਇਕੱਠੇ ਮਰ-ਮਰ ਕੇ ਧਰਤੀ ਦੇ ਉੱਪਰ ਡੜਾ-ਡੜ ਡੜਾ-ਡੜ ਡਿੱਗਦੇ ਪਏ ਹਨ ਗੇਰਿਆਂ ਖਨੇਰੀਆਂ ਬਿਖੇਰੀਆਂ ਜੇ ਲੋਥ ਘੋਰ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਖਨੇਰੀਆਂ ਬਹੁਤੀਆਂ ਲੋਥਾਂ ਭਿਆਨਕ ਰੂਪ ਬਣਾ ਬਣਾ ਕੇ ਜਦੋਂ ਗੋਲੀ ਜਾ ਕੇ ਵੱਜਦੀ ਹੈ ਨਾ ਮੂੰਹ ਦੇ ਉੱਪਰ ਮੂੰਹ ਹੀ ਉੱਟ ਜਾਂਦਾ ਹੈ ਬੜਾ ਭਿਆਨਕ ਹੋ ਜਾਂਦਾ ਹੈ ਸਰੀਰ ਕਿਸੇ ਦੀ ਛਾਤੀ ਵਿੱਚ ਵੱਜਦੀ ਹੈ ਛਾਤੀ ਪਾੜ ਦਿੰਦੀ ਹੈ ਕਿਸੇ ਦੇ ਪੇਟ ਵਿੱਚ ਗੋਲੀ ਵੱਜਦੀ ਹੈ ਪੇਟ ਦੀ ਆਂਦਰਾਂ ਬਾਹਰ ਨਿਕਲ ਆਉਂਦੀਆਂ ਸਰੀਰ ਜਿਹੜੇ ਨੇ ਬੜੇ ਭਿਆਨਕ ਹੋ ਜਾਂਦੇ ਜੰਗ ਮੈਦਾਨ ਦੇ ਵਿੱਚ ਵੱਡੇ ਕਟੇ ਸਿਪਾਹੀ ਵੇਖਣੇ ਬੜੇ ਔਖੇ ਤਰਫ ਦੇ ਪੈ ਇਸ ਤਰ੍ਹਾਂ ਦੀਆਂ ਭਿਆਨਕ ਦੇਹਾਂ ਜਿਹੜੀਆਂ ਪਾੜ-ਪਾੜ ਕੇ ਗੋਲੀਆਂ ਉਹਨਾਂ ਨੂੰ ਥੱਲੇ ਸੁੱਟਦੀਆਂ ਹਨ। ਮੁੰਡ ਟੁੰਡ ਟੂਟ ਗੇ ਪਰ ਚੰਡ ਹੀ ਕਮੰਡ ਘਾਲ। ਗੁਰਮਖੋ ਜੰਗ ਕਰਦੇ ਆ ਕਿਸੇ ਦਾ ਮੂੰਹ ਟੁੱਟ ਗਿਆ। ਇਸੇ ਤਰ੍ਹਾਂ ਕਿਸੇ ਦੀ ਧੌਣ ਟੁੱਟ ਗਈ ਹੈ ਪਰ ਇਹ ਬੜੇ ਹੰਕਾਰ ਦੇ ਨਾਲ ਔਰ ਬੜੇ ਬਲ ਦੇ ਨਾਲ ਭਾਰੀ ਜੰਗ ਹੁੰਦਾ ਪਿਆ। ਪਹਾੜੀਆਂ ਨੇ ਵੀ ਆਪਣੀ ਫੌਜ ਨੂੰ ਪੂਰਾ ਜੋਸ਼ੀਰ ਦੇ ਨਾਲ ਅੱਗੇ ਵਧਾਇਆ ਹੈ। ਇਧਰੋਂ ਮਹਾਰਾਜ ਦੇ ਸੂਰਮੇ ਜੋਸ਼ ਦੇ ਨਾਲ ਲੜਦੇ ਪੈ। ਬੜਾ ਭਿਆਨਕ ਜੰਗ ਹੋ ਰਿਹਾ ਹੈ ਟੁੱਟਹਾਦ ਪਾਏਗੇ ਜੋ ਜੰਗ ਕੰਦ ਸ਼ਰੂਨ ਢਾਲ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਕਿਸੇ ਦਾ ਹੱਥ ਟੁੱਟ ਗਿਆ ਹੈ ਤਲਵਾਰ ਦਾ ਵਾਰ ਹੋਇਆ ਹੱਥ ਲਹਿ ਗਿਆ ਨਾਲ ਹੀ ਤਲਵਾਰ ਡਿੱਗ ਪਈ ਹੈ ਕਿਸੇ ਦਾ ਹੱਥ ਟੁੱਟਿਆ ਹੋਇਆ ਜੰਗ ਮੈਦਾਨ ਵਿੱਚ ਪਿਆ ਹੋਇਆ ਹੈ ਕਿਸੇ ਦੀ ਲੱਤ ਟੁੱਟ ਗਈ ਹੈ ਕਿਸੇ ਦੇ ਪੱਟ ਵਿੱਚ ਗੋਲੀ ਵੱਜੀ ਹੈ ਤੇ ਪੱਟ ਟੁੱਟਿਆ ਪਿਆ ਹੈ ਇਸ ਤਰ੍ਹਾਂ ਕਿਸੇ ਦੀਆਂ ਲੱਤਾਂ ਕਿਸੇ ਦੇ ਪੱਟ ਕਿਸੇ ਦੇ ਮੋਢੇ ਦੇ ਉੱਪਰ ਆ ਕੇ ਬਰਸ਼ੇ ਦਾ ਵਾਰ ਵੱਜਾ ਤੇ ਬਰਸ਼ੇ ਦੇ ਵਾਰ ਵੱਜਣ ਦੇ ਨਾਲ ਬੁੱਢਾ ਪਾੜ ਗਿਆ ਹੈ ਇਸ ਤਰ੍ਹਾਂ ਤੜਫਦੇ ਪੈ ਸੂਰਮੇ ਧਰਤੀ ਦੇ ਉੱਪਰ ਲੇਟਦੇ ਪੈ ਹਨ ਨੈਨ ਕੰਨ ਨਾਕ ਓਟ ਗਰੀਬ ਪਾਲ ਸੀਸ ਲਾ ਗੁਰਮਖੋ ਇਸੇ ਤਰ੍ਹਾਂ ਕਿਸੇ ਦੇ ਬ੍ਰਸ਼ਟ ਜਾ ਕੇ ਅੱਖ ਦੇ ਵਿੱਚ ਵੱਜਾ ਅੱਖ ਹੀ ਨਿਕਲ ਗਈ ਹੈ ਡੇਲਾ ਹੀ ਨਿਕਲ ਗਿਆ ਵਿੱਚੋਂ ਕਿਸੇ ਦੀ ਅੱਖ ਵਿੱਚ ਤੀਰ ਵੱਜਦਾ ਉਹ ਅੰਨਾ ਹੋ ਕੇ ਧਰਤੀ ਦੇ ਉੱਪਰ ਡਿੱਗ ਪੈਂਦਾ ਹੈ ਕਿਸੇ ਦੇ ਕੰਨ ਵਿੱਚ ਜਾ ਕੇ ਕੋਈ ਵਾਰ ਲੱਗਦਾ ਕੰਨ ਪਾੜ ਦਿੰਦਾ ਤੇ ਧਰਤੀ ਦੇ ਤੜਫਦਾ ਪਿਆ ਹੈ ਕਿਸੇ ਦੇ ਤਲਵਾਰ ਦਾ ਵਾਰ ਚੱਲਦਾ ਤੇ ਨੱਕ ਵੱਡਿਆ ਜਾਂਦਾ ਕੋਈ ਨੱਕ ਤੋਂ ਬਿਨਾ ਹਾਏ ਹਾਏ ਕਰਦਾ ਪਿਆ ਹੈ ਕਿਸੇ ਦੇ ਹੋਠ ਵੱਡੇ ਗਏ ਬੁੱਲ ਵੱਡੇ ਗਏ ਕਿਸੇ ਦੀ ਧੌਣ ਵੱਢੀ ਗਈ ਹੈ ਕੋਈ ਜੰਗ ਮੈਦਾਨ ਦੇ ਵਿੱਚ ਆਪਣਾ ਮੱਥਾ ਪੜਵਾ ਕੇ ਤੁਰਿਆ ਫਿਰਦਾ ਇਸ ਤਰ੍ਹਾਂ ਦੀ ਹਾਲਤ ਲੋਗੜ ਦੇ ਕਿਲੇ ਨੂੰ ਢਾਉਣ ਵਾਸਤੇ ਜਿਹੜੇ ਇਹ ਵੱਧ ਕੇ ਆਏ ਪਹਾੜੀਆਂ ਦੀ ਫੌਜ ਉਹਨਾਂ ਦੀ ਐਸੀ ਹਾਲਤ ਹੋਈ ਹੈ ਫੋਰ ਦੇ ਤ ਗੋਰੀਆਂ ਉਤਾਰ ਦੇ ਤ ਕਾਹੂ ਪਾਗ ਤੇ ਗੁਰਮਖੋ ਜਦੋਂ ਗੋਲੀ ਚੱਲਦੀ ਹੈ ਗੋਲੀ ਚੱਲਣ ਦੇ ਨਾਲ ਜਦੋਂ ਸਿਰ 파ੜਦਾ ਹੈ ਨਾ ਤੇ ਸਿਰ ਦੀ ਪੱਗ ਵੀ ਸਿਰ ਤੋਂ ਲੈ ਜਾਂਦੀ ਹੈ ਇਹ ਸਿਰ ਤੇ ਪੱਗਾ ਬੰਨ ਕੇ ਆਏ ਨਾ ਇਹ ਪਹਾੜੀਏ ਆਪਣੀ ਫੌਜ ਨੂੰ ਨਾਲ ਲੈ ਕੇ ਜਦੋਂ ਗੋਲੀ ਮੱਥੇ ਵਿੱਚ ਵੱਜਦੀ ਹੈ ਸਿਰ ਉੱਡ ਜਾਂਦਾ ਹੈ ਸਿਰ ਤੇ ਬੱਧੀ ਹੋਈ ਪੱਗ ਵੀ ਸਿਰ ਤੋਂ ਉਤਰ ਜਾਂਦੀ ਹੈ ਐਸਾ ਇਹ ਜੰਗ ਦਾ ਮੈਦਾਨ ਬੜਾ ਭਿਆਨਕ ਹੋ ਗਿਆ ਹੈ ਬੜਾ ਭਿਆਨਕ ਜੰਗ ਹੋਇਆ ਹੈ ਇਦਰੋਂ ਭਾਈ ਬਚਤਰ ਸਿੰਘ ਨੇ ਉਸ ਵੇਲੇ ਮੌਕਾ ਸਾਂਭਿਆ ਕਿ ਸਤਿਗੁਰਾਂ ਦਾ ਹੁਕਮ ਹੈ ਕਿ ਹਾਥੀ ਦੇ ਮੱਥੇ ਵਿੱਚ ਤੀਰ ਮਾਰਨਾ ਹੈ ਆਪਣੇ ਘੋੜੇ ਨੂੰ ਅੱਡੀ ਲਾਈ ਹੈ ਜਿਸ ਪਾਸੇ ਹਾਥੀ ਤੁਰਿਆ ਆਉਂਦਾ ਚੀਕਾ ਮਾਰਦਾ ਭਾਈ ਬਚਤਰ ਸਿੰਘ ਜੀ ਉਸ ਪਾਸੇ ਵਧੇ ਹਾਥੀ ਦਾ ਕਿਵੇਂ ਨੇੜਾ ਕਰਨਗੇ ਉਹਦੇ ਸਿਰ ਵਿੱਚ ਬਰਸ਼ਾ ਕਿਵੇਂ ਮਾਰਨਗੇ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਬਚਨ ਗੁਰੂ ਕਾ ਹਿਰਦੇ ਵਸੇ ਤਾਕੇ ਸਾਡਾ ਭਲਾ ਹੋਵੇ ਸੋ ਭਾਈ ਬਚਿੱਤਰ ਸਿੰਘ ਜੀ ਹਾਥੀ ਨੂੰ ਮਾਰਨਗੇ ਔਰ ਭਾਈ ਉਦੇਸ ਸਿੰਘ ਜੀ ਕੇਸਰੀ ਚੰਦ ਨੂੰ ਮਾਰਨਗੇ ਇਤਿਹਾਸ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ ਲਿਖਿਆ ਕਤਹ ਨਾ ਛੂਟੀ ਹੈ